ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੋਂ ਪਹਿਲੇ ਅੱਜ ਜਸਟ ਕਲੋਜ਼ ਯੋਰ ਆਈਜ਼ ਫਾਲ ਇਨ ਲਵ ਐਂਡ ਸਟੇ ਦੇਅਰ ਮੈਂ ਨਹੀਂ ਕਹਿ ਰਹੀ ਪਰਸ਼ੀਅਨ ਪੋਇਟ 13th ਸੈਂਚਰੀ ਦੇ ਰੂਮੀ ਉਹਨਾਂ ਨੇ ਕਿਹਾ ਕਿ ਕਲੋਜ਼ ਯੋਰ ਆਈਜ਼ ਫਾਲ ਇਨ ਲਵ ਐਂਡ ਸਟੇ ਦੇਅਰ ਆਈ ਨੋ ਫਰਵਰੀ ਮਹੀਨਾ ਹੈ ਪਿਆਰ ਦਾ ਪਿਆਰ ਨੂੰ ਸੈਲੀਬ੍ਰੇਟ ਕਰਨ ਦਾ ਕਿਹੜਾ ਪਿਆਰ ਅਫਕੋਰਸ ਅੱਜ ਅਸੀਂ ਹੋਰ ਦਿਨ ਵੀ ਗੱਲ ਕਰਾਂਗੇ ਬਟ ਸ਼ੁਰੂਆਤ ਕੀਤੀ ਹੈ ਅੱਜ ਦੇ ਦਿਨ ਕਿ ਜਸਟ ਲੈਟਸ ਜਸਟ ਇੰਸਪਾਇਰ ਈਚ ਅਦਰ ਟੂ ਫਾਲ ਇਨ ਲਵ ਵਾਂਸ ਅਗੇਨ ਕਿਉਂਕਿ ਔਰ ਇੱਕ ਐਕਸਰਸਾਈਜ਼ ਆਈ ਥਿੰਕ ਇਜ਼ ਅ ਗੁੱਡ ਐਕਸਰਸਾਈਜ਼ ਟੂ ਸਟਾਰਟ ਵਿਦ ਕਿ ਆਪਣੇ ਪਹਿਲੇ ਪਿਆਰ ਨੂੰ ਯਾਦ ਕਰਕੇ ਉਹਦੀ ਸਟੋਰੀ ਸ਼ੇਅਰ ਕਰੋ ਕਦੋਂ ਹੋਇਆ ਕਿਹਦੇ ਨਾਲ ਹੋਇਆ ਔਰ ਕਿਸ ਤਰ੍ਹਾਂ ਹੋਇਆ ਵੀ ਟੋਟਲੀ ਅੰਡਰਸਟੈਂਡ ਕਿ ਜਦੋਂ ਅਸੀਂ ਮਤਲਬ ਜਨਮ ਲੈਂਦੇ ਹਾਂ ਸ਼ਾਇਦ ਪਹਿਲਾ ਪਿਆਰ ਮਾਂ ਦੇ ਨਾਲ ਹੁੰਦਾ ਹੈ ਕਿਉਂਕਿ ਅਸੀਂ ਉਹ ਡਿਸਕ੍ਰਾਈਬ ਨਹੀਂ ਕਰ ਸਕਦੇ ਪਹਿਲੀ ਜਿਹੜੀ ਸਾਡੀ ਉਹ ਇੱਕ ਡਿਪੈਂਡੈਂਸੀ ਹੈ ਜੋ ਅਸੀਂ ਹੋਰ ਕੁਛ ਨਹੀਂ ਸੁੱਝਦਾ ਐਂਡ ਯੂ ਨੋ ਸਾਡੀ ਸਾਰੀਆਂ ਜ਼ਰੂਰਤਾਂ ਜਿੱਥੋਂ ਪੂਰੀਆਂ ਹੋ ਰਹੀਆਂ ਹੁੰਦੀਆਂ ਬਟ ਸ਼ਾਇਦ ਉਹ ਸਾਨੂੰ ਯਾਦ ਨਹੀਂ ਰਹਿੰਦਾ ਉਹ ਐਕਸਪੀਰੀਅੰਸ ਕਿਹੋ ਸੀ ਕਿਹੋ ਜਿਹਾ ਸੀ ਐਂਡ ਫਿਰ ਵੱਡੇ ਹੁੰਦੇ ਹੁੰਦੇ ਜ਼ਿਆਦਾ ਪਾਪੂਲਰ ਕੋਈ ਸਵੀਟ ਹਾਰਟ ਕੋਈ ਕ੍ਰਸ਼ ਕੋਈ ਕੁੜੀ ਜਾਂ ਮੁੰਡਾ ਜਿਹੜਾ ਪਸੰਦ ਆਇਆ ਹੋਏ ਉਹ ਸ਼ਾਇਦ ਯਾਦ ਰਹਿ ਜਾਂਦਾ ਸੋ ਤੁਹਾਨੂੰ ਜਿਹੜਾ ਵੀ ਯਾਦ ਰਹਿ ਗਿਆ ਔਰ ਨਾਲੇ ਜਦੋਂ ਮੈਂ ਕਹਿ ਰਹੀ ਹਾਂ ਕਿ ਆਪਣੇ ਪਹਿਲੇ ਪਿਆਰ ਨੂੰ ਯਾਦ ਕਰੋ ਆਈ ਡੋਂਟ ਕੇਅਰ ਕਿ ਕਿਹੜੀ ਚੀਜ਼ ਦਾ ਤੁਹਾਨੂੰ ਯਾਦ ਆਉਂਦੀ ਹੈ ਉਸ ਚੀਜ਼ ਨਾਲ ਜ਼ਰੂਰ ਸ਼ੇਅਰ ਕਰੋ ਅੱਜ ਇਹੀ ਕਿਉਂਕਿ ਸਾਰੇ ਇਕੱਠੇ ਮਿਲ ਕੇ ਇੱਕ ਉਸ ਖੂਬਸੂਰਤੀ ਨੂੰ ਕਿ ਜਦੋਂ ਪਿਆਰ 'ਚ ਹੁੰਦੇ ਹਾਂ ਤਾਂ ਕਿੰਨੀ ਖੂਬਸੂਰਤ ਜਿਹਾ ਮਨ ਹੁੰਦਾ ਬਿਕੋਜ਼ ਲਵ ਇਜ਼ ਵੈਰੀ ਲਿਬਰੇਟਿੰਗ ਇਟਸ ਨੋਟ ਕਿ ਹਾਂਜੀ ਪਕੜ ਕੇ ਉਹ ਜਿਹੜਾ ਟਿਪੀਕਲ ਅਸੀਂ ਸੋਚਦੇ ਹਾਂ ਕਿ ਇੱਕ ਬੰਦੇ ਨਾਲ ਵਿਆਹ ਕਰ ਲਿਆ ਜਾਂ ਇੱਕ ਬੰਦੇ ਨਾਲ ਪਿਆਰ ਹੋ ਗਿਆ ਔਰ ਫਿਰ ਤੁਸੀਂ ਜ਼ਰੂਰਤ ਦੀਆਂ ਚੀਜ਼ਾਂ ਨੀਡਸ ਹੈਬਿਟਸ ਸਾਰੀਆਂ ਯੂ ਨੋ ਇੱਕ ਰੋਜ਼ ਦਾ ਚੱਕਰ ਚੱਲਦਾ ਰਹਿੰਦਾ ਉਹਦੇ ਤੋਂ ਹਟ ਕੇ ਜਦੋਂ ਤੁਹਾਡਾ ਮਨ ਦਿਲ ਸੋਲ ਰੂਹ ਪੂਰੀ ਤਰ੍ਹਾਂ ਇੱਕ ਤਰ੍ਹਾਂ ਨਾਲ ਨਾ ਖੁਸ਼ ਹੋਏ ਜੋਏਫੁੱਲ ਹੋਏ ਉਹ ਕੋਈ ਘੜੀਆਂ ਭਾਵੇਂ ਤੁਸੀਂ ਕਦੀ ਵੀ ਐਕਸਪੀਰੀਅੰਸ ਕੀਤੀਆਂ ਹੋਣ ਮੇਰੀ ਇੱਕ ਫਰੈਂਡ ਹੈ ਉਹ ਕਹਿੰਦੀ ਕਿ ਮੈਂ ਬੜੇ ਹੀ ਇੱਕ ਕੰਜਸਟਿਡ ਜਿਹੇ ਏਰੀਏ ਤੋਂ ਹੈਗੀ ਹਾਂ ਜਦੋਂ ਮੈਂ ਪੈਦਾ ਹੋਈ ਤਾਂ ਇੰਝ ਲੱਗਦਾ ਸੀ ਕਿ ਬਸ ਜਿਵੇਂ ਜ਼ਿਆਦਾ ਲੰਬੇ ਹੋ ਕੇ ਚੱਲਣ ਲੱਗੋ ਨਾ ਤਾਂ ਸਿਰ ਵੱਜੇਗਾ ਇਸ ਤਰ੍ਹਾਂ ਦਾ ਮਾਹੌਲ ਸੀਗਾ ਇਸ ਤਰ੍ਹਾਂ ਦਾ ਘਰ ਸੀਗਾ ਔਰ ਸਾਰੇ ਘਰ ਬਹੁਤ ਨੇੜੇ ਨੇੜੇ ਬਿਲਕੁਲ ਸੋ ਜਦੋਂ ਪਹਿਲੀ ਵਾਰੀ ਕੋਈ ਐਸੀ ਜਗ੍ਹਾ 'ਤੇ ਗਏ ਜਿੱਥੇ ਗਰਾਸ ਦਿਖਿਆ ਜਿੱਥੇ ਇੱਕ ਪਾਰਕ ਟਾਈਪ ਚੀਜ਼ ਦਿਖੀ ਬਿਲਕੁਲ ਛੋਟਾ ਜਿਹਾ ਪੈਸਚਰ ਸੀਗਾ ਕਹਿੰਦੀ ਮੈਨੂੰ ਇੰਝ ਲੱਗਿਆ ਕਿ ਮੈਂ ਨਾ ਪਿਆਰ ਹੋ ਗਿਆ ਮੈਨੂੰ ਪੂਰੀ ਨੇਚਰ ਨਾਲ ਪਿਆਰ ਹੋ ਗਿਆ ਇਸ ਯੂਨੀਵਰਸ ਨਾਲ ਪਿਆਰ ਹੋ ਗਿਆ ਸੋ ਭਾਵੇਂ ਉਹ ਕੁਦਰਤ ਦੀ ਕਿਸੇ ਚੀਜ਼ ਨਾਲ ਹੋਏ ਇਨਸਾਨ ਨਾਲ ਹੋਏ ਕਿਸੇ ਜਜ਼ਬੇ ਨਾਲ ਹੋਏ ਕਿ ਮਤਲਬ ਤੁਹਾਨੂੰ ਪਿਆਰ ਨਾਲ ਹੀ ਪਿਆਰ ਹੋ ਗਿਆ ਜੋ ਮਰਜ਼ੀ ਹੋਏ ਯੂ ਨੀਡ ਟੂ ਟਾਕ ਟੂ ਮੀ ਟੂਡੇ ਜ਼ਰੂਰ ਕਾਲ ਕਰੋ ਆਪਣੀ ਸਟੋਰੀ ਦੱਸੋ ਐਂਡ ਉਸ ਤੋਂ ਅੱਗੇ ਦੇਖਦੇ ਹਾਂ ਕਿ ਕੀ ਫਸਟ ਲਵ ਕ੍ਰਸ਼ਿਸ ਇਨਫੈਚੁਏਸ਼ਨਸ ਅਟਰੈਕਸ਼ਨਸ ਐਂਡ ਬਿਲਕੁਲ ਕਿ ਅਗਰ ਵਾਕਈ ਯਾਦ ਹੈ ਤੁਹਾਨੂੰ ਕਿ ਉਹ ਮਾਂ ਦਾ ਪਿਆਰ ਜਦੋਂ ਕਿ ਉਹ ਦੂਰ ਹੁੰਦੀ ਸੀ ਅਤੇ ਕਿਸ ਤਰ੍ਹਾਂ ਫੀਲ ਹੁੰਦਾ ਸੀ ਅਗਰ ਤੁਹਾਨੂੰ ਯਾਦ ਹੈ ਤੁਸੀਂ ਲੱਕੀ ਇਨਾਫ ਹੋ ਕਿ ਉਹ ਚੀਜ਼ ਤੁਹਾਨੂੰ ਐਕਸਪੀਰੀਅੰਸ ਤੁਹਾਨੂੰ ਯਾਦ ਹੈ ਤਾਂ ਡੈਫੀਨੇਟਲੀ ਸ਼ੇਅਰ ਦੈਟ ਸੋ ਯੂ ਨੋ ਇੱਕ ਅਸੀਂ ਇਸ ਸ਼ੋਅ ਦੇ ਉੱਤੇ ਹਮੇਸ਼ਾ ਕਹਿੰਦੇ ਹਾਂ ਕਿ ਹਰ ਮਰਜ਼ ਦੀ ਦਵਾ ਹਰ ਮੁਸ਼ਕਿਲ ਦੀ ਕੜੀ ਦੇ ਵਿੱਚ ਓਨਲੀ ਆਨਸਰ ਇਜ਼ ਲਵ ਯੂ ਨੋ ਜੋ ਅਗਰ ਕੁਛ ਨਾ ਕੰਮ ਆਏ ਤਾਂ ਪਿਆਰ ਕੰਮ ਆਉਂਦਾ ਪਿਆਰ ਨਾਲ ਭਰ ਕੇ ਅਗਰ ਤੁਸੀਂ ਆਪਣੇ ਆਪ ਨੂੰ ਵੀ ਫੀਲ ਕਰਦੇ ਹੋ ਰਾਦਰ ਦੈਨ ਕਿ ਹਾਂ ਅਸੀਂ ਦੂਸਰਿਆਂ ਵਾਸਤੇ ਪਿਆਰ ਫਿਰ ਵੀ ਕਿਸੇ ਤਰ੍ਹਾਂ ਇਕੱਠਾ ਕਰ ਲੈਂਦੇ ਹਾਂ ਬਟ ਆਪਣੇ ਆਪ ਵਾਸਤੇ ਪਿਆਰ ਕਈ ਵਾਰੀ ਘੱਟ ਜਾਂਦਾ ਵੀ ਆਰ ਵੈਰੀ ਕ੍ਰਿਟੀਕਲ ਆਫ ਆਰ ਸੈਲਵਸ ਕਿ ਹਾਂ ਮੈਂ ਇਹ ਨਹੀਂ ਕੀਤਾ ਇਹ ਨਹੀਂ ਠੀਕ ਕੀਤਾ ਸੋ ਅੱਜ ਦਾ ਦਿਨ ਜਸਟ ਥਿੰਕ ਅਬਾਊਟ ਲਵ ਐਜ਼ ਅ ਬਿਊਟੀਫੁਲ ਥਿੰਗ ਅਗਰ ਵਿਜੁਅਲਾਈਜ਼ ਕਰ ਸਕਦੇ ਹੋ ਤਾਂ ਉਹਨੂੰ ਕਿਸੇ ਚੀਜ਼ ਵਾਕਣ ਸੋਚੋ ਔਰ ਸੋਚੋ ਕਿ ਮੈਂ ਆਪਣੇ ਅੰਦਰ ਸਮੇਟ ਲਿਆ ਉਹਨੂੰ ਐਂਡ ਉਹਦੇ ਨਾਲ ਮੈਂ ਇਤਨੀ ਖੂਬਸੂਰਤੀ ਨਾਲ
ਫੀਲ ਕਰ ਰਹੇ ਹਾਂ ਕਿ ਮਤਲਬ ਯੂਨੀਵਰਸ ਭਰ ਗਿਆ ਪਿਆਰ ਦੇ ਨਾਲ ਸੋ ਡੈਫੀਨੇਟਲੀ ਆਈ ਐਮ ਵੇਟਿੰਗ ਫੋਰ ਯੋਰ ਕਾਲਸ ਡੂ ਕਾਲ ਕਿਉਂਕਿ ਇੱਕ ਚੀਜ਼ ਜੋ ਸਿੱਖੀ ਹੈ ਮੈਂ ਕਿ ਪਿਆਰ ਦੇਣ ਨਾਲ ਕੁਛ ਨਹੀਂ ਘਟਦਾ ਗਿਵਿੰਗ ਵੈਨ ਯੂ ਗਿਵ ਲਵ ਯੂ ਬੇਸਿਕਲੀ ਗੈਟ ਸੋ ਮੱਚ ਮੋਰ ਪਿਆਰ ਦੇਣ ਨਾਲ ਤੁਸੀਂ ਹੀ ਆਪ ਜਿਹੜੇ ਬੈਨੀਫਿਸ਼ਰੀ ਮੈਨੂੰ ਲੱਗਦਾ ਹੈ ਕਿ ਦੇਣ ਵਾਲਾ ਜਿਹਨੂੰ ਦਿੰਦੇ ਹੋ ਉਹਦੇ ਤੋਂ ਪਤਾ ਨਹੀਂ ਕੀ ਮਿਲਦਾ ਉਹ ਕਿੰਨਾ ਰਿਸੀਵ ਕਰਦਾ ਹੈ ਨਹੀਂ ਕਰਦਾ ਉਹਦੀ ਕੀ ਸਟੇਟ ਆਫ ਮਾਈਂਡ ਹੈ ਕੀ ਸਟੇਟ ਆਫ ਯੂ ਨੋ ਸਿਚੁਏਸ਼ਨ ਹੈ ਬਟ ਜੋ ਪਿਆਰ ਕਰ ਸਕਦਾ ਜੋ ਪਿਆਰ ਦਿੰਦਾ ਉਹ ਬਹੁਤ ਵੈਲਦੀ ਹੋ ਜਾਂਦਾ ਉਹ ਬਹੁਤ ਰਿਚ ਹੋ ਜਾਂਦਾ ਉਹ ਬਹੁਤ ਯੂ ਨੋ ਅਮੀਰ ਹੋ ਜਾਂਦਾ ਕਿਉਂਕਿ ਉਹ ਜਿਹੜੀਆਂ ਘੜੀਆਂ ਜਿਹਦੇ 'ਚ ਪਿਆਰ ਭਰਿਆ ਹੋਏ ਉਹ ਕਿਸੇ ਵੀ ਹੋਰ ਚੀਜ਼ ਦੇ ਨਾਲ ਸਬਸਟੀਟਿਊਟ ਨਹੀਂ ਕੀਤੀਆਂ ਜਾ ਸਕਦੀਆਂ ਮਤਲਬ ਕੋਈ ਹੋਰ ਚੀਜ਼ ਉਸ ਚੀਜ਼ ਨੂੰ ਨਾ ਖਰੀਦ ਸਕਦੀ ਹੈ ਉਸ ਇਮੋਸ਼ਨ ਨੂੰ ਨਾ ਹੀ ਉਹਨੂੰ ਕੋਈ ਅਸੀਂ ਯੂ ਨੋ ਕਹਿ ਸਕਦੇ ਹਾਂ ਕਿ ਉਹ ਕਿਸੇ ਨਾਲ ਤੋਲਿਆ ਜਾ ਸਕਦਾ ਸੋ ਬਹੁਤ ਹੀ ਖੂਬਸੂਰਤ ਜੀ ਇਮੋਸ਼ਨ ਹੈ ਜਿਹਦੇ ਵਿੱਚ ਤੁਸੀਂ ਯੂ ਨੋ ਯੂ ਜਸਟ ਫੀਲ ਗੁੱਡ ਐਂਡ ਇਟਸ ਫਰੋਮ ਦ ਸਿੰਪਲ ਫੀਲਿੰਗ ਫੀਲਿੰਗ ਗੁੱਡ ਐਸਪੈਕਟ ਤੋਂ ਲੈ ਕੇ ਟੋਟਲੀ ਜਦੋਂ ਤੁਹਾਨੂੰ ਲੱਗਦਾ ਨਾ ਕਿ ਤੁਹਾਡੀ ਪੂਰੀ ਤਸੱਲੀ ਹੋ ਗਈ ਮਤਲਬ ਤਸੱਲੀ ਹੋ ਗਈ ਰੂਹ ਦੀ ਤਸੱਲੀ ਹੋ ਗਈ ਮਤਲਬ ਇੰਝ ਲੱਗਦਾ ਕਿ ਹਾਂ ਹੁਣ ਦੀ ਘੜੀ ਤੋਂ ਬਾਅਦ ਅਗਰ ਮੈਂ ਮਰ ਵੀ ਜਾਵਾਂ ਆਈ ਹੈਵ ਗੋਟ ਐਵਰੀਥਿੰਗ ਯੂ ਨੋ ਪੂਰੀ ਤਸੱਲੀ ਹੋ ਗਈ ਸੋ ਉਸ ਚੀਜ਼ ਦੀ ਮੈਂ ਗੱਲ ਕਰ ਰਹੀ ਹਾਂ ਸੋ ਇਟ ਕੈਨ ਰੇਂਜ ਫਰੋਮ ਏ ਟੂ ਜ਼ੀ ਵੋਟ ਐਵਰ ਪਰ ਜੋ ਵੀ ਤੁਸੀਂ ਇਹਦਾ ਐਕਸਪੀਰੀਅੰਸ ਕੀਤਾ ਹੈ ਮੈਨੂੰ ਅੱਜ ਜ਼ਰੂਰ ਕਾਲ ਕਰਕੇ ਸ਼ੇਅਰ ਕਰੋ ਇੰਝ ਕਰਦੀ ਹਾਂ ਸੋਚ ਕੇ ਰੱਖ ਲਓ ਮੈਂ ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ ਡੂ ਕਾਲ ਸਾਰਿਆਂ ਦਾ ਫਿਰ ਸਵਾਗਤ ਹੈ ਗੱਲ ਹੋ ਰਹੀ ਹੈ ਪਿਆਰ ਨਾਲ ਭਿੱਜ ਕੇ ਉਸ ਫੀਲਡ ਵਿੱਚ ਉਸ ਸਪੇਸ ਦੇ ਵਿੱਚ ਉਸ ਜਗ੍ਹਾ ਵਿੱਚ ਜਦੋਂ ਤੁਸੀਂ ਹੁੰਦੇ ਹੋ ਤਾਂ ਕੋਈ ਗਲਤ ਠੀਕ ਮਤਲਬ ਸਾਰੀਆਂ ਜਿਹੜੀਆਂ ਉਹ ਨਾ ਉਹ ਮੈਲਟਡਾਊਨ ਕਰ ਜਾਂਦੀਆਂ ਤੁਹਾਡੇ ਦਿਮਾਗ 'ਚ ਕੁਛ ਨਹੀਂ ਆਉਂਦਾ ਕਿ ਠੀਕ ਹੈ ਗਲਤ ਹੈ ਬਟ ਯੂ ਫਿਲ ਵਿਦ ਸਮਥਿੰਗ ਵੈਰੀ ਬਿਊਟੀਫੁਲ ਉਹ ਸਮਾਂ ਯਾਦ ਕਰਕੇ ਪਲੀਜ਼ ਜ਼ਰੂਰ ਕਾਲ ਕਰਕੇ ਦੱਸੋ ਕਿ ਕੀ ਕਹਿੰਦੇ ਹੋ ਕੀ ਤੁਹਾਡੀ ਸਟੋਰੀ ਹੈ ਕਦੀ ਹੋਇਆ ਇੰਝ ਭਾਵੇਂ ਉਸਨੂੰ ਪਤਾ ਵੀ ਨਾ ਹੋਏ ਜਿਹਨੂੰ ਦੇਖ ਕੇ ਇਹ ਫੀਲਿੰਗ ਗੁੱਡ ਫੀਲਿੰਗ ਆਈ ਸੋ ਡੈਫੀਨੇਟਲੀ ਮੈਨੂੰ ਦੱਸੋ ਲੈਟ ਮੀ ਟੇਕ ਕਾਲ ਐਂਡ ਸੀ ਕਿ ਇਹ ਕੀ ਕਹਿ ਰਹੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਸੋਰੀ ਕਾਲ ਡਰੋਪ ਹੋ ਗਈ ਹੈ ਤੁਸੀਂ ਪਲੀਜ਼ ਵਾਪਸ ਕਾਲ ਕਰੋ ਐਂਡ ਜੋ ਵੀ ਕੋਈ ਨਵੇਂ ਕਾਲ ਕਰ ਰਹੇ ਹੁੰਦੇ ਆ ਪਲੀਜ਼ ਕਾਲ ਨੂੰ ਥੋੜ੍ਹੀ ਜਿਹੀ ਹੋਲਡ ਕਰਕੇ ਰੱਖਣਾ ਵੀ ਹੈਵ ਅ ਨਿਊ ਸਿਸਟਮ ਸੋ ਪਲੀਜ਼ ਬੇਅਰ ਵਿਦ ਮੀ ਕਿ ਮੈਨੂੰ ਹੀ ਇੱਥੇ ਕਾਲ ਲੈ ਕੇ ਉਹਨੂੰ ਹੋਲਡ ਕਰਨਾ ਪਏਗਾ ਸੋ ਯੂ ਨੋ ਵਿਲ ਐਡਜਸਟ ਦੈਟ ਕਈ ਵਾਰੀ ਕੱਲ੍ਹ ਉਸ ਤਰ੍ਹਾਂ ਹੋ ਰਿਹਾ ਸੀ ਕਿ ਕਾਲਸ ਬਹੁਤ ਡਰੋਪ ਹੋ ਰਹੀਆਂ ਸੀ ਸੋ ਜਸਟ ਬੇਅਰ ਵਿਦ ਮੀ ਤੁਸੀਂ ਕਾਲ ਕਰੋਗੇ ਮੈਂ ਇੱਥੋਂ ਹੀ ਲੈ ਲਵਾਂਗੀ ਬਟ ਦ ਹੋਲ ਥਿੰਗ ਇਜ਼ ਕਿ ਫਰਵਰੀ ਦਾ ਮਹੀਨਾ ਬੇਸ਼ੱਕ ਅਸੀਂ ਵੈਲੰਟਾਈਨ ਬਾਰੇ ਹਮੇਸ਼ਾ ਡਿਬੇਟ ਸੁਣਦੇ ਹਾਂ ਬਹੁਤ ਸ਼ੋਰ ਹੁੰਦਾ ਹੈ ਬਹੁਤ ਯੂ ਨੋ ਪਰ ਓਵਰਆਲ ਮੈਨੂੰ ਲੱਗਦਾ ਹੈ ਕਿ ਇੱਕ ਖੂਬਸੂਰਤ ਇਮੋਸ਼ਨ ਪਿਆਰ ਦਾ ਇੱਕ ਬੋਏਫ੍ਰੈਂਡ ਗਰਲਫ੍ਰੈਂਡ ਤੋਂ ਹਟ ਕੇ ਇੱਕ ਗਲਤ ਠੀਕ ਤੋਂ ਹਟ ਕੇ ਜਦੋਂ ਤੁਹਾਡਾ ਮਨ ਤੁਹਾਡਾ ਦਿਲ ਤੁਹਾਡੀ ਰੂਹ ਇਸ ਖੂਬਸੂਰਤ ਜੀ ਇਮੋਸ਼ਨ ਨਾਲ ਭਰੀ ਹੋਏ ਕਿਸ ਤਰ੍ਹਾਂ ਦਾ ਫੀਲ ਹੁੰਦਾ ਕਦੋਂ ਫੀਲ ਹੋਇਆ ਇੰਝ ਕੁਛ ਤਾਂ ਦੱਸੋ ਸੋ ਹੁਣੇ ਕੁਛ ਆਪਣੇ ਸਟਾਫ ਮੈਂਬਰਸ ਨਾਲ ਵੀ ਗੱਲ ਹੋ ਰਹੀ ਸੀ ਸੋ ਯੂ ਨੋ ਸੁੱਖਾ ਹੀ ਸੈਡ ਕਿ ਮੈਨੂੰ ਬਹੁਤ ਛੋਟੇ ਹੁੰਦੇ ਇੱਕ ਕੁੜੀ ਸਕੂਲ ਦੇ ਵਿੱਚ ਪਸੰਦ ਮੇਰਾ ਪਹਿਲਾ ਪਿਆਰ ਸੀ ਕਿ ਮੈਂ ਉਹਨੂੰ ਪਸੰਦ ਕੀਤਾ ਦੋ ਦਿਨ ਅਸੀਂ ਦੋ ਸਾਲ ਅਸੀਂ ਅੱਛੇ ਫਰੈਂਡਸ ਵੀ ਰਹੇ ਬਟ ਦੈਨ ਸ਼ੀ ਚਿਕਨਡ ਆਊਟ ਸ਼ੀ ਚਿਕਨਡ ਆਊਟ ਉਹਨਾਂ ਦਾ ਮਤਲਬ ਸੀ ਕਿ ਉਹਨਾਂ ਨੇ ਕਿਹਾ ਕਿ ਉਹ ਮੇਰੇ ਤਾਂ ਨਾ ਪੇਰੈਂਟਸ ਨੂੰ ਪਸੰਦ ਨਹੀਂ ਆਏਗੀ ਇਹ ਗੱਲ ਅਤੇ ਮੈਂ ਹੁਣ ਤੇਰੇ ਨਾਲ ਦੋਸਤੀ ਨਹੀਂ ਕਰਨੀ ਸੋ ਉਹ ਪਿੱਛੇ ਹਟ ਗਈ ਐਂਡ ਦੈਨ ਹੀ ਸੈਡ ਕਿ ਮੈਂ ਬੜਾ ਫੋਰਚੁਨੇਟ ਸੀ ਕਿ ਜੋ ਮੇਰੀ ਹੁਣ 7 ਸਾਲ ਤੋਂ ਗਰਲਫ੍ਰੈਂਡ ਹੈ ਉਹਦੇ ਵਾਸਤੇ ਮੈਂ ਪਹਿਲਾ ਪਿਆਰ ਸੀ ਸੋ ਯੂ ਨੋ ਕੋਈ ਜ਼ਰੂਰੀ ਨਹੀਂ ਹੈ ਕਿ ਪਹਿਲਾ ਪਿਆਰ ਜ਼ਰੂਰ ਮਟੀਰੀਅਲਾਈਜ਼ ਹੋਏਗਾ ਜਾਂ ਵਿਆਹ ਦੇ ਵਿੱਚ ਹੀ ਕਨਵਰਟ ਹੋਏਗਾ ਬਟ ਇੱਕ ਅੱਛੀ ਫੀਲਿੰਗ ਇੱਕ ਅੱਛਾ ਅਹਿਸਾਸ ਉਹ ਹਮੇਸ਼ਾ ਰਹਿੰਦਾ ਅਗਰ ਤੁਸੀਂ ਇੱਕ ਹੈਲਦੀ ਵੇ ਨਾਲ ਲਓ ਉਹਨੂੰ ਤਾਂ ਅਸੀਂ ਪਹਿਲੇ ਵੀ ਯੂ ਨੋ ਸ਼ੇਅਰ ਕੀਤਾ ਹੋਇਆ ਲੈਟਸ ਸੀ ਕੀ ਕਹਿ ਰਹੇ ਨੇ ਹੈਲੋ
हाँ जी सत श्री अकाल। हेलो। हेलो सत श्री अकाल हाँ जी जी, सत श्री अकाल जी। हाँ कौन बोल रहे हो जी? जी, मैं बिमला बोल रही हाँ। बिमला जी, टीवी का वॉल्यूम थानू घटाना पैना है, ध्यान सिर्फ हाँ फोन जी, ते दियो। हाँ जी हाँ जी हाँ जी हाँ हाँ जी जी हाँ जी दसो। हाँ जी, सत श्री अकाल जी। हाँ जी हाँ दसो जी, की मैं शेयर हाँ जी, करते मैं हैं हाँ जी, मैं कहन लगी सी जी। कि मेरी एक फ्रेंड हूँ ना, इस टाइम ऑस्ट्रेलिया दे विच है। जी बहुत वधिया, बहुत हाँ अच्छी जी गल। तुसी मतलब एक मिनट, मैं होर भी एक लै लैनी हाँ, सो दैट वी नो के तुसी। हाँ जी, सो एक फ्रेंड की गल दस रहे हो हाँ तुसी जी ऑस्ट्रेलिया तो। हाँ जी हाँ जी हाँ जी हाँ जी, ऑस्ट्रेलिया है इस वक्त, तो ऑस्ट्रेलिया विच रह रही है। जी ते मैं इत्थे अमेरिका दे विच आई सा, ते ओ मैनू, असीं स्कूल 1 साल सिर्फ पढ़ियां सी इकट्ठियां, अच्छा और मैनू इन्नी अच्छी लगदी सी, असीं इकट्ठियां ने रोटी खानी, मतलब इकट्ठियां ने बाहर जाना जिथे भी, है ना। हाँ ते ओ बाद च ओहदी भी शादी हो गई, मेरी शादी दे उत्ते आई सी, पर मैं ओहदी शादी ते नहीं जा सकी सी। ठीक है। हां जी, हाँ जी फिर मैनू ना अंदरों तांग रहिंदी सी कि मैं कदे उहनूं मिलां कदे, ते मैं अपने ब्रदर नूं कहना कि वीर कदे कदे तुहाडा मेल होवे कितें ते हाँ मैनूं जी दसना जरूर। जी अचानक ही पता नहीं कुदरत वालों ही, ओह जिथे मेरे वीर शुगर मिल दे विच काम कर रहे सी, जी उत्थे अपने हस्बैंड दे नाल, हस्बैंड दे दोस्त सी उत्थे काम करदे, ठीक है ओह आए उन्हां नूं मिलन, ते मैनू ओके मेरे वीर ने कहा कि मैं लगी हुण हुण ते काफी सेहत ओहदी हैवी हो गई है, भारी हो अच्छा गई सी, अच्छा ही कहिंदे कि ओह मैं देखी है, ऑफ कोर्स मैनूं लगदा है कि ओही होएगी जसवीर होएगी। जी हां जी, हाँ जी अच्छा फिर वेखो मैं इथों जा के 20 साल बाद ओहनूं मिली, ओहदा एड्रेस लभ्या, ओहदा जी सारा पता लभ्या, बटाले सी ओह रहिंदी। जी हां जी, हाँ जी ते मैं ओहनूं 20 साल बाद मिली, ते बड़ा अच्छा लगा, ओह बड़ा ओह पल सी, ओह कड़ी सी, ओह भी एकदम सरप्राइज, ओहदे वास्ते ओहनूं हाँ जी सरप्राइज दित्ता सी मैं। अच्छा ही अच्छा ही। सो हां बहुत जी, बिमला जी, मतलब तुसी जदों एक गल ही दस रहे हो ना साढ़े तक, मेरे तक एक गल पहुंच रही है कि किन्ना थानू ओदी तांग सीगी, किस हाँ जी तरह हाँ वो जी तुहाडा बॉन्ड होया होना, भावे तुसी साल कट्ठियां रहियां। हाँ जी, एग्जैक्टली दिस इज वॉट आई एम टॉकिंग अबाउट, दिस इज द लव वी यू नो विच फिल्स आर फील पूरी, मतलब असी खुश हो जाते हैं, जॉय आ जाता है। हाँ जी हाँ हाँ जी जी हाँ हाँ जी, जी ते मैं यो कहनी कि फिर मैं हुण भी मेरी गल ओदे नाल हुंदी है ना, ते मैं उहनूं ये कहनी आ कि लगदा है कि साडा रिश्ता पिछले पिछले जन्म दा रिश्ता सी इह, हाँ मैं क्या ये साडे पिछले पिछले जन्म दा रिश्ता सी, जी इस वास्ते एकदम देखो ओहदा पिंड होर सी, मेरा पिंड होर सी, अच्छी स्कूल दे विच 1 साल असीं सिर्फ पढ़ियां इकट्ठियां, जी ते ओ देखो मैनूं किंज मतलब कनेक्शन ओ मोमेंट जिहड़ा मैं याद करके आई, मैं बड़ी खुश हुंदी आ कि तैनूं मैं 20 साल बाद लभ्या सी। जी 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 बिल्कुल, बहुत वधिया, थैंक यू सो मच बिमला जी। होर भी किसी दी हाँ गल जी जे तुसी हाँ इसी जी इसी ओदे नाल एक्सपीरियंस कीती है ना, ते जरूर तुसी दोबारा हाँ कॉल करके सानू दस सकदे हो, क्योंकि जिस तरह दस रहे ने ना, मैनूं लगदा मैनूं अपनियां ओह सहेलियां जिन्हां ने पहली वारी अपना एक जड़ा कंपेनियनशिप, एक फ्रेंड वाला बॉन्ड यू नो थानू एक्सपीरियंस कराया, कि यू नो यू फील कि ओए ओ मिल जाए, असी इकट्ठे हो जाइए, ओ जड़ा एक्सपीरियंस हैगा, ओ जड़ियां जड़ियां सहेलियां ने मेरा कराया, ओ मेरियां सारियां याद आ गया मैनू इन्हां नाल गल करके, क्योंकि ओ जज्बा जड़ा इन्हां ने शेयर किया, असी सारे ने एक्सपीरियंस किया है। सो टाइम मैं थानू कहनी हां सारे अपनी गल करके जरूर दसो। लेट मी सी एक ही कह रहे ने। हेलो हां जी हेलो, सत श्री अकाल अरविंद जी। सत श्री अकाल, सत श्री अकाल गुरदीप जी। हां जी दसो। कई बारी खूबसूरत या एक पल भी किस्सा बन जाता है, पता नहीं लगता कौन जिंदगी का जी हिस्सा बन जाता है। कई जी लोग जिंदगी च ऐसे मिल जी 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 हां जी हां जी सुन रहे हैं। हाँ जी, जिन्हां नाल कदे भी ना टुटण वाला रिश्ता बन जाता है। सही एक कहंदे हो। होर शेर है, हाँ जी रिश्ता कभी खत्म नहीं होता, बातों से छूटा तो आंखों में रह जाता है,
और आंखों से छूटा तो यादों में रह जाता है। क्या बात। एक एकदम ही एक याद मैं थोड़े तो नाजे कहूँ तो सांझी करा। दसो। मैं दसवीं का इम्तिहान दे के मैं मेरा दोस्त हुशियार हो गया पुर गए भी चलो थोड़ा रिलैक्स हो जाने इम्तिहान हो गए। ठीक है। उत्थे घूमते घूमते मूवी देखी फिर एक बाजार च घूम लगे एक पंडित बैठा सी लैके अपनी गुरदीप जी दी कॉल ड्रॉप हो गई है। सो सॉरी गुरदीप जी असि थोड़े नाल कंटिन्यू करना चाहते हैं जो तुसी कह रहे सी सो प्लीज कॉल बैक करो क्योंकि ये सिस्टम साड़ा सानू मैं वही पहले थोड़ू माफ़ी मंगी है कि साड़ा जड़ा फोन है वो नवा है और थोड़ी इशू दे रहा है टेक्निकली सो प्लीज़ बेयर विद मी। पर गुरदीप जी उत्थों ही जिथे आप छड़ी सी अपना गल अगे करनी है हुन जड़े तुसी लाइन ते हैगे हो कौन बोल रहे हो जी। हेलो मेरा नाम कमल है। हाँ जी कमल दसो तुसी गल करो क्योंकि आई डोंट वॉन्ट टू लूज यू सो तुसी दसो की कहंदे हो। ਤੁਸੀਂ ਉਹ ਪਿਆਰ ਦੀ ਗੱਲ ਕੀਤੀ ਮਾਂ ਤੋਂ ਪਹਿਲਾਂ ਸ਼ੁਰੂ ਕੀਤਾ ਪਤਾ ਨਹੀਂ ਮੇਰੇ ਕੋਲ ਫੋਨ ਤੇ ਗੱਲ ਹੋਵੇ ਕਿ ਨਹੀਂ ਹੋਵੇ ਤੁਹਾਡੇ ਨਾਲ ਕਿਉਂਕਿ ਮੇਰੇ ਮੰਮੀ ਲਾਸਟ ਮੰਥ ਜਿਵੇਂ ਦੁਨੀਆ ਤੋਂ ਚਲੇ ਗਏ ਸਾਨੂੰ ਛੱਡ ਕੇ ਆਈ ਐਮ ਸੋ ਸੌਰੀ ਜ਼ਿਆਦਾ ਕਿ ਮਾਂ ਦਾ ਪਿਆਰ ਹੀ ਜਿਹੜਾ ਹੁੰਦਾ ਆ ਕਿ ਉਹ ਹੁੰਦਾ ਕਿ ਯੂ ਰਾਈਟ ਆਈ ਥਿੰਕ ਸਾਡਾ ਸਾਰਿਆਂ ਦਾ ਪਹਿਲਾ ਪਿਆਰ ਮਾਂ ਨਾਲ ਹੀ ਹੋਇਆ ਪਰ ਸਾਨੂੰ ਸ਼ਾਇਦ ਉਹ ਬਿਆਨ ਕਰਨਾ ਕਈ ਵਾਰੀ ਆਉਂਦਾ ਨਹੀਂ ਪਰ ਹਾਂ ਇਹ ਘੜੀਆਂ ਸ਼ਾਇਦ ਹੀ ਕੋਈ ਹੋਰ ਇੰਨਾ ਕਲੋਜ਼ ਹੋਏ ਕਮਲ ਜੀ ਵਾਕਈ ਜਿਹੜਾ ਜਿੰਨੀ ਮਾਂ ਕਲੋਜ਼ ਹੁੰਦੀ ਹੈ ਕਿਉਂਕਿ ਅਨਕੰਡੀਸ਼ਨਲ ਅਨਸੈਲਫਿਸ਼ ਲਵ ਜਿਹੜਾ ਹੈ ਨਾ ਉਹ ਉਹ ਬਸ ਉੱਥੋਂ ਹੀ ਪਾਇਆ ਅਸੀਂ ਯੂ ਸੋ ਰਾਈਟ ਕਿਉਂਕਿ ਮੈਂ ਆਪਣੇ ਮੰਮੀ ਨਾਲ ਸਾਰੀ ਲਾਈਫ ਸਪੈਂਡ ਕੀਤੀ ਪਰ ਜਿਹੜਾ ਮੈਂ ਇੰਡੀਆ ਜਾ ਕੇ ਮੰਮੀ ਆਪਣੇ ਨਾਲ ਲਾਸਟ ਮੰਥ ਸਪੈਂਡ ਕੀਤਾ ਉਹ ਮੇਰੇ ਦਿਲ ਚੋਂ ਜਿਵੇਂ ਕਿ ਨਹੀਂ ਜਾ ਰਿਹਾ ਕਿ ਮੈਨੂੰ ਬਹੁਤ ਔਖਾ ਲੱਗਦਾ ਪਿਆ ਅਜੇ ਤੋਂ ਸੋ ਤੁਸੀਂ ਪਹੁੰਚ ਸਕੇ ਸੀ ਆਪ ਜਦੋਂ ਤੁਸੀਂ ਉੱਥੇ ਪਹੁੰਚੇ ਤੇ ਤੁਸੀਂ ਉੱਥੇ ਪਹੁੰਚ ਸਕੇ ਸੀ ਜਦੋਂ ਉਹ ਪੂਰੇ ਹੋਏ ਹਸਪੀਟਲ ਹਾਂਜੀ ਨਹੀਂ ਪਹਿਲਾਂ ਮੰਮੀ ਠੀਕ ਸੀਗਾ ਜਦੋਂ ਮੈਂ ਇੱਥੋਂ ਗਈ ਇੰਡੀਆ ਕਹਿੰਦੇ ਆ ਜਾ ਕਹਿੰਦੇ ਕਿ ਤੂੰ ਮਿਲ ਜਾ ਪਰ ਬਾਅਦ ਵਿੱਚ ਜਿਵੇਂ ਮੈਂ ਮੰਥ ਰਹੀ ਤੇ ਉਹਦੇ ਵਿੱਚ ਹੀ ਇੱਕਦਮ ਹੀ ਜਿਵੇਂ ਪਤਾ ਨਹੀਂ ਉਹਨਾਂ ਨੂੰ ਲਾਸਟ ਵਿੱਚ ਕੀ ਅਟੈਕ ਕੀ ਪ੍ਰੋਬਲਮ ਹੋ ਗਈ ਪਰ ਬਹੁਤ ਔਖਾ ਲੱਗਦਾ ਤੁਹਾਨੂੰ ਪਤਾ ਕਿ ਮਾਵਾਂ ਤੋਂ ਬਿਨਾਂ ਕੁਛ ਆਈ ਐਮ ਸੋ ਸੌਰੀ ਯੂ ਹੈਡ ਟੂ ਗੋ ਥਰੂ ਦਿਸ ਪਰ ਇੱਕ ਗੱਲ ਸਿਰਫ ਕਹਿ ਸਕਦੀ ਹਾਂ ਕਿ ਸਮੇਂ ਤੋਂ ਵੱਡਾ ਹੀਲਰ ਵੀ ਕੋਈ ਨਹੀਂ ਤੁਸੀਂ ਬਸ ਉਹ ਸੈਲੀਬ੍ਰੇਟ ਕਰੋ ਉਹਨਾਂ ਨੇ ਜੋ ਅੱਛੀ ਜ਼ਿੰਦਗੀ ਬਿਤਾਈ ਔਰ ਇਹ ਸਮਾਂ ਹੀ ਤੁਹਾਡੇ ਥੋੜ੍ਹਾ ਜਿਹਾ ਜਿਵੇਂ ਕਹਿੰਦੇ ਕੋਈ ਕੋਈ ਭੁੱਲ ਨਹੀਂ ਸਕਦਾ ਮਾਂ ਨੂੰ ਤਾਂ ਕਦੀ ਕੋਈ ਨਹੀਂ ਭੁੱਲ ਸਕਦਾ ਪਰ ਇਹ ਜਿਹੜਾ ਦਰਦ ਉਹ ਵੀ ਪਿਆਰ ਕਰਕੇ ਇਹ ਦਰਦ ਹੈ ਪੇਨ ਜਿਹੜੀ ਵੀ ਹੈ ਨਾ ਜੋ ਪਿਆਰ ਗੂੜਾ ਹੈ ਉਹ ਇਹ ਦਰਦ ਵੀ ਉਨਾ ਹੀ ਗੂੜਾ ਹੈ ਜੀ ਜੀ ਕਿਉਂਕਿ ਦਿਨ ਰਾਤ ਉਹਨਾਂ ਨੂੰ ਫੋਨ ਕਰੀਦਾ ਹੀ ਤੇ ਦਿਲ ਵਿੱਚੋਂ ਜਿਵੇਂ ਕਿ ਨਹੀਂ ਜੋ ਮਰਜ਼ੀ ਕੋਈ ਗੱਲ ਕਰ ਲੇ ਪਰ ਜਿਹੜੀ ਉਹਨਾਂ ਨਾਲ ਆਦਤ ਪਈ ਗੱਲ ਕਰਨ ਦੀ ਨਹੀਂ ਹੁੰਦੀ ਪਤਾ ਨਹੀਂ ਲੱਗਦਾ ਕਿ ਜਿਵੇਂ ਟਾਈਮ ਜਾਈ ਜਾਂਦਾ ਕਿ ਪਤਾ ਨਹੀਂ ਕਿੱਥੇ ਚਲ ਗਏ ਤੇ ਬਹੁਤ ਔਖਾ ਜਿਹਾ ਲੱਗਦਾ ਕਿ ਦਿਲ ਕਰਦਾ ਕਿ ਫੇਰ ਗੱਲ ਕਰੀਏ ਜਾਂ ਜੋ ਵੀ ਜੀ 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 ਕਮਲ ਬਹੁਤ ਔਖਾ ਆ ਮਾਵਾਂ ਤੋਂ ਬਿਨਾਂ ਕਿ ਇਹੀ ਆ ਕਿ ਮਾਂ ਤੋਂ ਬਿਨਾਂ ਨਹੀਂ ਕੁਝ ਨਹੀਂ ਹੈਗਾ ਲਾਈਫ ਵਿੱਚ सो सॉरी कमल थानू ये लग रहा है राइट नाउ थैंक यू सो मच कि तुसी अपना यह औखी इमोशन है जड़ी शेयर की बट उ कहे कि वाकई कोई भी इस तरह का स्पेशली इस तरह का जड़ा प्यार है नहीं पूरा कर सकते पर फिर भी सारिया ने एक दिन जाना जरूर है सो जिन्ना तुसी अपने आप नू इस चीज़ नाल इस फैक्ट नाल फमिलियर करोगे वो थोड़े वास्ते परिवार वास्ते सब वास्ते बेहतर होएगा enjoy her memories you know khush ho ke yaad karo unna nu ki oh khushi nal ki karde si unnu yaad karo lenni ek choti ji break do keep calling don't go anywhere ਸਾਰਿਆਂ ਦਾ ਫਿਰ ਸਵਾਗਤ ਹੈ ਗੁਰਦੀਪ ਜੀ ਸਾਡੇ ਨਾਲ ਲਾਈਨ ਤੇ ਬਣੇ ਹੋਏ ਨੇ ਸੋ ਲੈਟਸ ਸੀ ਕੀ ਕਹਿ ਰਹੇ ਨੇ ਹੈਲੋ ਹਾਂਜੀ ਗੁਰਦੀਪ ਜੀ ਹਾਂਜੀ ਗੁਰਦੀਪ ਜੀ
ਹਾਂਜੀ ਸਤਿ ਸ਼੍ਰੀ ਅਕਾਲ। ਓਕੇ ਓਕੇ ਹਰਮਿੰਦਰ ਜੀ ਦੱਸੋ। ਹਾਂਜੀ ਮੈਨੂੰ ਕਿਸੇ ਹੋਰ ਦਾ ਨੰਬਰ ਲਿਆ ਸੀ ਤੇ ਆ ਗਿਆ ਮੇਰਾ। ਹਾਂਜੀ ਹਾਂਜੀ ਬ੍ਰੇਕ ਦੇ ਉੱਤੇ ਗੁਰਦੀਪ ਜੀ ਮੇਰੇ ਨਾਲ ਗੱਲ ਕਰ ਰਹੇ ਸੀ ਐਂਡ ਦਿਸ ਇੱਕ ਘੰਟਾ ਉਹਨਾਂ ਨਾਲ ਗੱਲ ਕਰ ਲੈ ਤੇ ਮੇਰੇ ਨਾਲ ਕਰ ਲੈ। ਨੋ 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 ਆਈ ਕੈਨ ਟੇਕ ਹਿਸ ਕਾਲ। ਸੋ ਇਹੀ ਮੈਂ ਹੱਸ ਰਹੀ ਹਾਂ, ਮੈਨੂੰ ਇਹ ਫਨੀ ਲੱਗ ਰਿਹਾ ਕਿ ਦਿਸ ਸਿਸਟਮ ਇਜ਼ ਲਾਈਕ ਯੂ ਨੋ, ਬਟ ਪਲੀਜ਼ ਤੁਸੀਂ ਦੱਸੋ ਗੁਰਦੀਪ ਜੀ ਨਾਲ ਅਸੀਂ ਫਿਰ ਗੱਲ ਕਰਾਂਗੇ। ਸ਼ੀ ਹੀ ਇਜ਼ ਹੋਲਡਿੰਗ ਦ ਲਾਈਨ। ਹਾਂਜੀ ਦੱਸੋ। ਦੇਖੋ ਮੈਂ ਆਪਣੀ ਵੱਡੀ ਭੈਣ ਦੀ ਗੱਲ ਦੱਸਦੀ ਹਾਂ, ਮੇਰੀ ਬੜੀ ਉਹਦੇ ਨਾਲ ਅਟੈਚਮੈਂਟ ਹੈ। ਜਦੋਂ ਅਸੀਂ ਛੋਟੇ ਸੀ ਨਾ ਸਾਨੂੰ ਬੜਾ ਹੀ ਗੁੱਸੇ ਹੁੰਦੀ ਸੀ, ਸਾਨੂੰ ਬੜਾ ਡਾਂਟਦੀ ਹੁੰਦੀ ਸੀ, ਤੂੰ ਇਹ ਕਰ ਲੈ, ਤੂੰ ਇਹ ਕੰਮ ਕਰ ਲੈ, ਤੂੰ ਇੱਥੇ ਕੰਮ ਕਰ ਲੈ, ਤੂੰ ਪੜ੍ਹਦੀ ਨੀ, ਤੂੰ ਇਹ ਨੀ ਕਰਦੀ, ਉਹ ਨੀ ਕਰਦੀ। ਬਟ ਦ ਡੇ ਉਹ ਜਿਸ ਵਕਤ ਟੀਚਰ ਟ੍ਰੇਨਿੰਗ ਲੈਣ ਗਈ, ਅਸੀਂ ਉਹਨੂੰ ਇੰਨਾ ਮਿਸ ਕਰਦੇ ਸੀ ਨਾ, ਤੇ ਤਾਂ ਮੈਨੂੰ ਰਿਅਲਾਈਜ਼ ਹੋਇਆ ਕਿ ਜਿਸ ਦਿਨ ਉਹਨੇ ਘਰ ਆਉਣਾ ਹੁੰਦਾ ਸੀ ਨਾ ਛੁੱਟੀਆਂ ਦੇ ਵਿੱਚ, ਅਸੀਂ ਉਹਦੀ ਇੰਨੀ ਉਡੀਕ ਕਰਦੇ ਹੁੰਦੇ ਸੀ, ਅੱਜ ਆਏਗੀ, ਅੱਜ ਬਿੱਲਾ ਆਏਗੀ, ਅੱਜ ਬਿੱਲਾ ਆਏਗੀ, ਅੱਜ ਬਿੱਲਾ ਆਏਗੀ। ਆਈ ਮੀਨ ਕਿ ਉਹਦੇ ਗੁੱਸੇ ਹੋਣ ਵਿੱਚ ਵੀ ਬੜਾ ਪਿਆਰ ਸੀ, ਜਿਹੜਾ ਅਸੀਂ ਰਿਅਲਾਈਜ਼ ਕੀਤਾ ਜਦੋਂ ਟੀਚਰ ਟ੍ਰੇਨਿੰਗ ਤੇ ਗਏ ਉਹਦੀ ਐਬਸੈਂਸ ਵਿੱਚ। ਤੇ ਹੁਣ ਤੱਕ ਮੇਰੀ ਉਹਦੇ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਹੈ, ਬਹੁਤ ਜ਼ਿਆਦਾ ਅਟੈਚਮੈਂਟ ਹੈ। ਆਈ ਮੀਨ ਕਿ ਦਾ ਪਹਿਲਾ ਕਿ ਮੇਰੀ ਵੱਡੀ ਭੈਣ ਨਾਲ ਹੋਇਆ, ਉਹਦੇ ਗੁੱਸੇ ਵਿੱਚ ਵੀ ਸਾਨੂੰ ਬਾਅਦ 'ਚ ਰਿਅਲਾਈਜ਼ ਹੋਇਆ ਕਿ ਇੰਨਾ ਪਿਆਰ ਹੁੰਦਾ ਭੈਣਾਂ ਦਾ। ਯਾ 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 ਸੋ ਉਹੀ ਹਰਮਿੰਦਰ ਜੀ, ਜਿਵੇਂ ਇਸ ਤਰ੍ਹਾਂ ਦਾ ਪਿਆਰ ਜਦੋਂ ਤੁਸੀਂ ਐਕਸਪੀਰੀਅੰਸ ਕੀਤਾ ਹੁੰਦਾ, ਤੁਸੀਂ ਕਿੰਨੇ ਯੂ ਫੀਲ ਸੋ ਗੁੱਡ। ਕਈ ਮੈਨੂੰ ਕਹਿੰਦੇ ਨੇ ਕਿ ਮੈਨੂੰ ਨਾ ਪਿਆਰ ਤੋਂ ਡਰ ਲੱਗਦਾ ਕਿ ਲੂਜ਼ ਕਰ ਦਾਂਗੇ। ਡੂ ਯੂ ਐਗਰੀ ਵਿਦ ਦੈਟ? ਨਹੀਂ ਨਹੀਂ ਨਹੀਂ, ਪਿਆਰ ਤਾਂ ਜਿੰਨਾ ਤੁਸੀਂ ਵਧਾਓ ਉਨਾ ਵੱਧਦਾ, ਜਿੰਨਾ ਵੰਡੋ ਉਨਾ ਵੱਧਦਾ ਹੈ। ਮੈਂ ਨਹੀਂ ਕਿ ਯੂ ਕੈਨ ਨਾਟ ਲੂਜ਼। ਹਾਂ 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 ਬਿਲਕੁਲ ਬਿਲਕੁਲ। ਉਹ ਕਹਿੰਦੇ ਨੇ ਦੁੱਖ ਜਿੰਨਾ ਸਾਂਝਾ ਕਰੋ ਉਨਾ ਘਟਦਾ, ਤੇ ਪਿਆਰ ਜਿੰਨਾ ਸਾਂਝਾ ਕਰੋ ਉਨਾ ਵੱਧਦਾ। ਜੀ 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 ਬਹੁਤ ਵਧੀਆ। ਹੋਰ ਗੱਲ ਮੈਂ ਦੇਖੋ 14 ਫਰਵਰੀ ਦੀ ਗੱਲ ਕਰ ਰਹੇ ਹੋ, ਮੈਂ ਵੀ ਜ਼ਰੂਰ ਕਰਾਂਗੀ ਲਵ ਐਟ ਫਰਸਟ ਜਿਹੜਾ ਹੈਗਾ। ਸਾਡੇ ਜ਼ਮਾਨੇ ਚ ਜਿਸ ਵਕਤ ਤੁਹਾਡੀ ਗੱਲ ਸੈਟਲ ਹੁੰਦੀ ਸੀ ਤਾਂ ਹੀ ਤੁਹਾਡਾ ਪਿਆਰ ਉਹਦੇ ਨਾਲ ਹੀ ਹੁੰਦਾ ਸੀ। ਸਹੀ ਹੈ, ਟੂ ਬੀ ਵੈਰੀ ਹੋਨੈਸਟ। ਰਾਈਟ ਰਾਈਟ, ਮੈਂ ਇਹ ਗੱਲ ਜ਼ਰੂਰ ਸ਼ੇਅਰ ਕਰਨਾ ਚਾਹਾਂਗੀ ਕਿ ਜਿਸ ਵਕਤ ਅੰਗੇਜਮੈਂਟ ਹੋਈ ਉਸ ਤੋਂ ਬਾਅਦ ਜਿਹੜਾ ਪੀਰੀਅਡ ਸੀ, ਜਿਹੜੀਆਂ ਚਿੱਠੀਆਂ ਦੀ ਉਡੀਕ ਹੁੰਦੀ ਸੀ, ਉਦੋਂ ਟੈਲੀਫੋਨ ਨਹੀਂ ਹੁੰਦੇ ਸੀ, ਵੀ ਵੇਟਡ ਫਾਰ ਦਾ ਲੈਟਰਸ, ਤੇ ਮੈਨੂੰ ਹਾਲੇ ਤੱਕ ਉਹ ਲੈਟਰ ਨਹੀਂ ਭੁੱਲਦੀ ਜੋ ਮੇਰੇ ਹਸਬੈਂਡ ਨੇ ਪਹਿਲੀ ਵਾਰੀ ਲਿਖੀ ਸੀ। ਤਾਰ ਦੇ ਪੱਤੇ ਉੱਤੇ ਲਿਖੀ ਸੀ ਤੁਸੀਂ ਚਿੱਠੀ, ਤਾਰ ਦੇ ਪੱਤੇ ਉੱਤੇ ਚਿੱਠੀ ਲਿਖ ਕੇ ਭੇਜੀ ਸੀ। ਓ ਓਕੇ ਓਕੇ, ਐਂਡ ਵਾਸ ਸੋ ਅਡੋਰੇਬਲ ਐਂਡ ਆਈ ਕੈਨ ਨਾਟ ਫੋਰਗੇਟ ਦੈਟ ਮੂਮੈਂਟ। ਕੋਈ ਕਹਿੰਦੇ ਨਾ ਕੋਈ ਚੀਜ਼ਾਂ ਤੁਹਾਨੂੰ ਇੰਨੇ ਮਨ ਨੂੰ ਕਰਦੀਆਂ ਨੇ। ਜੀ ਬਿਲਕੁਲ ਬਿਲਕੁਲ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਦੈਟ ਹਰਮਿੰਦਰ ਜੀ, ਰੀਅਲੀ ਬਿਊਟੀਫੁਲ। ਕਿਉਂਕਿ ਉਹੀ ਜਿਹੜੀ ਚਿੱਠੀਆਂ ਦਾ ਟਾਈਮ ਨਾ, ਉਹ ਐਗਜੈਕਟ ਪਤਾ ਹੁੰਦਾ ਸੀ ਵੀ ਹੁਣ ਮੈਂ ਲਿਖ ਕੇ ਪਾਈ ਹੈ ਨਾ, ਇੰਨੇ ਦਿਨ 'ਤੇ ਉਹਨੂੰ ਪਹੁੰਚ ਜਾਏਗੀ, ਫਿਰ ਉਹਦਾ ਜਵਾਬ ਆਏਗਾ, ਫਿਰ ਉਹ ਇੱਥੇ ਆਏਗੀ। ਮਤਲਬ ਐਗਜੈਕਟ ਤੁਸੀਂ ਨਾ ਉਹਨੂੰ ਘੜੀਆਂ ਗਿਣਦੇ ਰਹਿੰਦੇ ਸੀ, ਪੋਸਟਮੈਨ ਦੀ ਉਡੀਕ ਹੁੰਦੀ ਸੀ। ਸੋ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਯੂ ਨੋ ਹਾਊ ਸ਼ੀ ਇਜ਼ ਸ਼ੇਅਰਿੰਗ ਇਜ਼ ਸੋ ਬਿਊਟੀਫੁਲ। ਜਦੋਂ ਉਹ ਠੀਕ ਕਹਿ ਰਹੇ ਨੇ, ਬਹੁਤ ਸਾਰੇ ਸਾਡੇ ਵਿੱਚੋਂ ਉਹ ਹੋਣਗੇ ਜਿਨ੍ਹਾਂ ਨਾਲ ਇੰਗੇਜਮੈਂਟ ਹੋ ਗਈ, ਫਿਰ ਤੁਸੀਂ ਉਹਨੂੰ ਉਸ ਜਗ੍ਹਾ 'ਤੇ ਬਿਠਾ ਦਿੰਦੇ ਹੋ ਪਾਰਟਨਰ ਨੂੰ ਕਿ ਹਾਂ ਇਹ ਮੇਰਾ ਲਾਈਫ ਪਾਰਟਨਰ ਹੋਣ ਲੱਗਾ, ਐਂਡ ਦੈਨ ਯੂ ਸਟਾਰਟ ਫੀਲਿੰਗ ਦੈਟ ਲਵ। ਐਂਡ ਉਹ ਬਹੁਤ ਖੂਬਸੂਰਤ ਸੀ ਕਿਉਂਕਿ ਬਹੁਤ ਇਨੋਸੈਂਟ ਔਰ ਬਹੁਤ ਪਿਓਰ ਹੁੰਦਾ ਸੀ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੌਣ ਬੋਲ ਰਹੇ ਹੋ ਜੀ? ਮੈਂ ਸਿਮਰਨ ਬੋਲ ਰਹੀ ਹਾਂ ਸ਼ਿਕਾਗੋ ਤੋਂ। ਕੀ ਹਾਲ ਹੈ ਜੀ ਤੁਹਾਡਾ? ਬਹੁਤ ਵਧੀਆ ਸਿਮਰਨ ਜੀ, ਸਵਾਗਤ ਹੈ ਤੁਹਾਡਾ, ਵੈਲਕਮ ਟੂ ਦ ਸ਼ੋ। ਦੱਸੋ ਕੀ ਕਹਿੰਦੇ ਹੋ, ਕੀ ਸ਼ੇਅਰ ਕਰੋਗੇ ਅੱਜ? ਜੀ ਥੈਂਕ ਯੂ। ਪਹਿਲੇ ਤੇ ਮੈਂ ਕਹਿਣਾ ਚਾਹਾਂਗੀ ਕਿ ਇਹ ਪਹਿਲਾ ਕੋਈ ਪ੍ਰੋਗਰਾਮ ਹੈ ਜਿੱਥੇ ਮੇਰੀ ਕਾਲ ਪਿੱਕ ਹੋਈ ਹੈ। ਮੈਂ ਇੰਡੀਆ ਟਰਾਈ ਕਰਦੀ ਸੀ, ਕਦੀ ਲੱਗਦਾ ਨਹੀਂ ਸੀ, ਬਟ ਆਈ ਐਮ ਸੋ ਹੈਪੀ ਜੀ। ਮੈਂ ਤੁਹਾਡੇ ਨਾਲ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਇੱਕ ਸ਼ੇਅਰ ਕਰਨਾ ਚਾਹਾਂਗੀ ਕਿ ਮੈਂ ਆਪਣੀ ਫੈਮਿਲੀ ਦੀ ਵੀ ਸਭ ਤੋਂ ਵੱਡੀ ਹਾਂ, ਤੇ ਮੇਰੇ ਤੋਂ ਛੋਟੀਆਂ ਮੇਰੀਆਂ 5 ਸਿਸਟਰ ਨੇ ਔਰ ਉਸ ਤੋਂ ਛੋਟੇ 2 ਬ੍ਰਦਰ ਨੇ। ਤੇ ਜਦੋਂ ਮੈਂ ਹੋਈ ਸੀ ਉਦੋਂ ਤੋਂ ਸਭ ਬਹੁਤ ਖੁਸ਼ ਸੀਗੇ, ਫਾਦਰ ਸਾਹਿਬ ਐਵਰੀ ਵਨ, ਬਿਕੋਜ਼ ਆਈ ਐਮ ਦਾ ਫਸਟ ਚਾਈਲਡ ਆਫ ਦਾ ਗ੍ਰੈਂਡ ਚਾਈਲਡ। ਤੇ ਉਸ ਤੋਂ ਬਾਅਦ ਤੁਸੀਂ ਸਿਸਟਰ ਹੋਈ, ਤੀਸਰੀ ਹੋਈ, ਤੇ ਮੈਂ ਥੋੜੀ ਵੱਡੀ ਹੋ ਗਈ, ਤੇ ਮੈਂ ਜਿਹੜੀ ਸੀ ਮੇਰੇ ਫਾਦਰ ਹਰ ਸਿਸਟਰ ਦੇ ਹੋਣ ਤੇ ਉਹ ਰੋਂਦੇ ਸੀ, ਡ੍ਰਿੰਕ ਕਰਦੇ ਸੀਗੇ, ਤੇ ਮੇਰੇ ਦਿਮਾਗ 'ਚ ਬੈਠ ਗਿਆ ਕਿ ਪਾਪਾ ਡੈਡੀ ਨੂੰ ਬੇਟਾ ਚਾਹੀਦਾ ਹੈ ਕਿ ਅਸੀਂ ਇੰਨੀਆਂ ਪਿਆਰੀਆਂ ਨਹੀਂ ਹਾਂ। ਬਹੁਤ ਦੁੱਖ ਲੱਗਦਾ ਸੀ, ਬਹੁਤ ਰੋਂਦੀ ਸੀਗੀ, ਡੈਡ ਦੇ ਕੋਲ ਡਰਦੀ ਵੀ ਹੁੰਦੀ ਸੀਗੀ। ਤੇ ਜਦੋਂ 5 ਸਿਸਟਰ ਹੋ ਗਈਆਂ ਤੇ ਫਾਦਰ ਸਾਹਿਬ ਬਹੁਤ ਜ਼ਿਆਦਾ ਡ੍ਰਿੰਕ ਕਰਨ ਲੱਗ ਪਏ, ਤੇ ਮੇਰੀਆਂ ਭੂਆ ਉਹਨਾਂ ਦੇ
ਬੇਟੀਆਂ ਨਹੀਂ ਹੈਗੀਆਂ ਸੀਗੀਆਂ, ਉਹ ਮੇਰੇ ਡੈਡ ਕੋਲ ਆਈਆਂ ਤੇ ਕਹਿੰਦੀਆਂ ਕਿ ਠੀਕ ਹੈ ਜੇ ਤੈਨੂੰ ਇੰਨਾ ਦੁੱਖ ਹੈ ਪੰਜ ਕੁੜੀਆਂ ਦਾ ਤੇ ਇੱਕ ਇੱਕ ਕੁੜੀ ਸਾਨੂੰ ਦੇ ਦੇ, ਅਸੀਂ ਲੈ ਲੈਨੇ ਆ ਜੀ। ਉਸ ਵਕਤ ਮੇਰੇ ਫਾਦਰ ਨੇ ਜੋ ਜਵਾਬ ਦਿੱਤਾ ਨਾ, ਉਹ ਅੱਜ ਤੱਕ ਮੇਰੇ ਮਤਲਬ ਮੇਰੇ ਦਿਮਾਗ ਦੇ ਵਿੱਚ ਉਹ ਲਾਈਨਾਂ ਰਹਿੰਦੀਆਂ ਨੇ। ਮੇਰੇ ਫਾਦਰ ਸਾਹਿਬ ਨੇ ਕਿਹਾ ਠੀਕ ਹੈ ਮੈਂ ਡ੍ਰਿੰਕ ਕਰਦਾ ਵਾਂ, ਮੇਰੇ ਘਰ ਪੰਜ ਬੇਟੀਆਂ ਨੇ, ਮੈਨੂੰ ਬੇਟੇ ਦੀ ਇੱਛਾ ਹੈਗੀ ਹੈ, ਲੇਕਿਨ ਇੱਕ ਗੱਲ ਯਾਦ ਰੱਖਣਾ ਇਹ ਮੇਰੀਆਂ ਪੰਜ ਬੇਟੀਆਂ ਮੇਰੇ ਦਿਲ ਦੇ ਪੰਜ ਟੁਕੜੇ ਨੇ, ਜੇ ਤੁਸੀਂ ਇੱਕ ਵੀ ਟੁਕੜਾ ਲੈ ਗਏ ਨਾ ਤੇ ਮੈਂ ਮਰ ਜਾਣਾ। ਠੀਕ ਹੈ, ਮੇਰੇ ਆਸੂਆਂ ਨੂੰ, ਮੇਰੇ ਆਸੂਆਂ ਨੂੰ ਮੇਰੀਆਂ ਬੇਟੀਆਂ ਨੂੰ ਮੇਰੀਆਂ ਕਮਜ਼ੋਰੀਆਂ ਨਾ ਸਮਝੋ। ਮੈਂ ਜਦੋਂ ਇਹ ਵਾਲੀ ਗੱਲ ਸੁਣੀ, ਮਤਲਬ ਮੈਂ ਆਪਣੇ ਫਾਦਰ ਦੇ ਕੋਲ ਜਾ ਕੇ ਇੰਨਾ ਹੱਕ ਕਰਕੇ ਰੋਈ, ਔਰ ਮੇਰੇ ਫਾਦਰ ਸਾਹਿਬ ਇੰਨੇ ਸੁਲਝੇ ਹੋਏ ਔਰ ਇੰਨੇ ਨਾਈਸ ਪਰਸਨ ਸੀਗੇ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਅੱਜ ਵੀ ਮੇਰੇ ਫਾਦਰ 2005 ਦੇ ਵਿੱਚ ਐਕਸਪਾਇਰ ਹੋ ਗਏ ਸੀ, ਬਟ ਅੱਜ ਵੀ ਉਹ ਸਾਡੇ ਦਿਲ ਦੇ ਵਿੱਚ ਨੇ। ਉਹ ਜਿਹੜੇ ਲਾਈਨਾਂ ਨੇ, ਮੈਂ ਆਪਣੇ ਫਾਦਰ ਦੀ ਬਹੁਤ ਇੱਜ਼ਤ ਕਰਦੀ ਹਾਂ, ਬਹੁਤ ਜ਼ਿਆਦਾ ਰਿਸਪੈਕਟ ਕਰਦੀ ਹਾਂ ਕਿ ਫਾਦਰ, ਕਿਉਂਕਿ ਸਾਡੇ ਜਿੰਨੇ ਵੀ ਸੌਂਗ ਨੇ, ਜਿੰਨੀਆਂ ਵੀ ਕਹਾਵਤਾਂ ਨੇ, ਮਾਂ ਦਾ ਨਾਂ ਆਉਂਦਾ, ਫਾਦਰ ਦਾ ਬਹੁਤ ਘੱਟ ਆਉਂਦਾ, ਲੇਕਿਨ ਫਾਦਰ ਦਾ ਸਭ ਤੋਂ ਵੱਡਾ ਰੋਲ ਹੁੰਦਾ ਜੀ। That's very true, very true. Thank you so much. Thank you so much. Thank you for sharing this beautiful, beautiful story. Kyunki kis tarah mainu matlab aaya, mere na really I'm feeling it ke father de eh shabad paave oh pata nahi peende, assi hun jaande ha, hindsight sanu, assi vadde ho gaye, sanu pata hai ki peena aur kudiyan ho hi janiyan, oda koi link vi nahi hona। ਪਰ ਜਿਹੜੀਆਂ ਧੀਆਂ ਉਸ ਚੀਜ਼ ਨੂੰ ਪਰਸੀਵ ਕਰ ਰਹੀਆਂ, ਜਿਸ ਨਜ਼ਰ ਨਾਲ ਉਹਨੂੰ ਦੇਖ ਰਹੀਆਂ ਕਿ ਅਸੀਂ ਵਾਂਟਿਡ ਨਹੀਂ ਹਾਂ, ਇਹਨਾਂ ਨੂੰ ਤਾਂ ਮੁੰਡਾ ਚਾਹੀਦਾ, ਅਸੀਂ ਵਾਂਟਿਡ ਨਹੀਂ ਹਾਂ। ਪਰ ਪਿਓ ਦੇ ਇੱਕ ਉਸ ਸੈਂਟੈਂਸ ਨੇ ਇਹਨਾਂ ਦੀ ਅਤੇ ਹੋਰ ਭੈਣਾਂ ਦੀਆਂ ਜ਼ਿੰਦਗੀ ਬਿਲਕੁਲ ਬਦਲਤੀ, ਮੈਨੂੰ ਲੱਗਦਾ। ਕਿਉਂਕਿ ਇੱਕ ਜਿਹੜੀ ਪਰਸੈਪਸ਼ਨ ਕਿ ਨਹੀਂ ਅਸੀਂ ਵਾਂਟਿਡ ਨਹੀਂ ਹਾਂ, ਉਹ ਖਤਮ ਹੋ ਗਈ ਕਿ ਨਹੀਂ ਅਸੀਂ ਬਹੁਤ ਪਿਆਰੇ ਹਾਂ ਆਪਣੇ ਪਿਓ ਨੂੰ, ਜੋ ਮਰਜ਼ੀ ਹੋਏ। But this is so beautiful. Thank you so much. Thank you, ji. Simar ji, this is, I'm so overwhelmed with this story. And you're so right. Ki assi mama di gal bahut worry karde haan. Pyo da hor role hai. Unna da ik different hi role hai. You know, unna da pyaar different hai. Unna da convey karan da tarika different hai. Par kat ta koi bhi nahi. Maan ki te pyo ki. So, let me take another call and see ki keh rahe ne. Hello? ਹਾਂਜੀ ਅਰਵਿੰਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੌਰੀ ਗੁਰਦੀਪ ਜੀ, ਹਾਂਜੀ ਦੱਸੋ, ਹੁਣ ਅਸੀਂ ਵੀ ਰੀਅਲੀ ਵਾਂਟ ਟੂ ਲਿਸਨ ਟੂ ਯੂ। ਅਸੀਂ 10ਵੀਂ ਦਾ ਐਗਜ਼ਾਮ ਦੇ ਕੇ ਹੋਊਂਗਾ, ਮੈਂ ਕੋਈ 15-16 ਸਾਲ ਦੀ ਉਮਰ ਦਾ, ਤੇ ਹੁਸ਼ਿਆਰਪੁਰ ਗਏ, ਉੱਥੇ ਪੰਡਿਤ ਹੁੰਦੇ ਆ ਉਹ ਜੰਤਰੀਆਂ ਮੰਤਰੀਆਂ ਜਿਹੇ ਲੈ ਕੇ ਬੈਠੇ, ਤੇ ਮੈਂ ਤੇ ਮੇਰਾ ਦੋਸਤ ਅਸੀਂ ਕਿਹਾ ਚਲੋ ਅਸੀਂ ਵੀ ਇਹਨੂੰ ਹੱਥ ਦਿਖਾ ਦਿੰਦੇ। ਜਦੋਂ ਹੱਥ ਦਿਖਾ ਲਿਆ ਪਹਿਲਾਂ ਉਹ ਪੰਡਿਤ ਨੇ ਇਧਰ ਉਧਰ ਦੀਆਂ ਗੱਲਾਂ ਕਰਕੇ ਤੇ ਕਹਿਣ ਲੱਗਾ ਇੱਕ ਬਿੱਲੀਆਂ ਅੱਖਾਂ ਵਾਲੀ ਕੁੜੀ ਆ, ਏਦਾਂ ਏਦਾਂ ਉਹਦਾ ਸਾਰਾ ਕੁਛ ਦੱਸਿਆ ਤੇ ਕਹਿੰਦਾ ਉਹ ਤੈਨੂੰ ਬਹੁਤ ਪਿਆਰ ਕਰਨਾ ਚਾਹੁੰਦੀ ਆ ਤੇ ਤੂੰ ਉਹਦੇ ਨਾਲ ਤੈਨੂੰ ਟਰਾਈ ਕਰਨੀ ਚਾਹੀਦੀ ਆ। ਮੈਂ ਕਿਹਾ ਠੀਕ ਹੈ ਪੰਡਿਤ ਜੀ। ਅਸੀਂ ਬਾਅਦ ਚ ਹੱਸੇ ਬੜਾ ਵੀ ਇਹ ਪੰਡਿਤ ਕਿੰਨੇ ਝੂਠੇ ਆ ਜੇ ਉਹ, ਪਰ ਇੱਕ ਦਿਮਾਗ ਦੇ ਉੱਤੇ ਛਾ ਗਈ ਵੀ ਯਾਰ ਬਿੱਲੀਆਂ ਅੱਖਾਂ ਵਾਲੀ ਕਿਹੜੀ ਆ, ਫਿਰ ਅਸੀਂ ਲੱਭੀ ਆ। ਸੋ ਲੱਭਦੇ ਰਹੇ ਤੁਸੀਂ ਬਿੱਲੀਆਂ ਅੱਖਾਂ ਵਾਲੀ, ਲੱਭਦੇ ਰਹੇ ਹੈ ਨਾ। ਹੌਲੀ ਹੌਲੀ ਮੈਂ ਟਰਾਈ ਉਹਨੂੰ ਮਿਲਣਾ, ਹੌਲੀ ਹੌਲੀ ਉਹਦੇ ਅੱਖਾਂ ਦੇ ਸਾਹਮਣੇ ਆਉਣਾ, ਏਦਾਂ ਸ਼ੁਰੂ ਕੀਤਾ। ਅੱਛਾ। ਤੇ ਰਸਤੇ 'ਚ ਆਉਂਦੀ ਜਾਂਦੇ ਮਿਲਣਾ, ਉਹ ਵੀ ਪੜ੍ਹਨ ਆਉਂਦੀ ਸੀ, ਮੇਰੇ ਤੋਂ ਛੋਟੀ ਸੀ, ਉਹ 8ਵੀਂ 'ਚ ਸੀ, ਮੈਂ 10ਵੀਂ 'ਚ ਸੀਗਾ। ਤੇ ਹੌਲੀ ਹੌਲੀ ਮੈਂ ਏਦਾਂ ਕਰਦੇ ਕਰਦੇ ਸਾਡਾ ਪਿਆਰ ਹੋ ਗਿਆ। ਓਕੇ। ਔਰ ਇੰਨਾ ਮਜ਼ਾ ਸੀ ਜਦੋਂ ਪਿਆਰ ਹੋਇਆ ਕਿ ਜਾਨੀ ਏਦਾਂ ਲੱਗਦਾ ਸੀ ਵੀ ਦੁਨੀਆਂ ਨਾ ਸਵਰਗ ਬਣ ਗਈ ਆ, ਜਾਨੀ ਸਭ ਕੁਛ ਚੰਗਾ ਚੰਗਾ ਲੱਗਦਾ ਸੀ, ਚੰਗਾ ਚੰਗਾ। ਪਰ ਉਹ ਪਿਆਰ ਮੇਰਾ ਸਿਰੇ ਚੜਿਆ ਨਹੀਂ, ਅਸੀਂ ਵਿਆਹ ਨਹੀਂ ਕਰਾ ਸਕੇ ਕਿਉਂਕਿ ਮੇਰੇ ਚਾਚੇ ਨੇ ਮੇਰਾ ਕਿਤੇ ਹੋਰ ਰਿਸ਼ਤਾ ਕਰਤਾ, ਤੇ ਚਾਚਾ ਕਹਿੰਦਾ ਵੀ ਜੇ ਤੂੰ ਇਹਦੇ ਨਾਲ ਵਿਆਹ ਕੀਤਾ ਤੇ ਮੈਂ ਸਾਰੀ ਜ਼ਿੰਦਗੀ ਤੈਨੂੰ ਛੱਡ ਦੇਣਾ। ਫਿਰ ਮੈਂ ਮਾਂ ਬਾਪ ਵੀ ਸੋਚਣ ਲੱਗੇ ਵੀ ਇਹ ਠੀਕ ਨਹੀਂ ਆ, ਅਸੀਂ ਭਰਾ ਨਾਲੋਂ ਟੁੱਟ ਜਾਵਾਂਗੇ। ਜਾਨੀ ਜ਼ਬਰਦਸਤੀ ਰਿਸ਼ਤੇ ਕਰਨ ਵਾਲੀ ਗੱਲ, ਜਿੱਦਾਂ ਤੁਸੀਂ ਟੌਪਿਕ ਲਿਆਉਂਦੇ ਆ, ਜ਼ਬਰਦਸਤੀ ਰਿਸ਼ਤਾ ਬੱਚਿਆਂ ਦਾ ਨਹੀਂ ਕਰਨਾ ਚਾਹੀਦਾ। ਪਰ ਮੇਰਾ ਦਿਲ ਬਹੁਤ ਟੁੱਟ ਗਿਆ, ਬਹੁਤ ਜ਼ਿਆਦਾ, ਮੈਂ ਬਹੁਤ ਪੂਰਾ ਟੁੱਟ ਗਿਆ। ਮੈਂ ਤੁਹਾਨੂੰ ਇੱਕ ਵਾਰੀ ਪ੍ਰੋਗਰਾਮ ਚ ਦੱਸਿਆ ਸੀ ਮੈਂ ਮੁੜ ਕੇ ਕਿਸੇ ਨੂੰ ਪਿਆਰ ਹੀ ਨਹੀਂ ਕਰ ਸਕਿਆ ਸਾਰੀ ਜ਼ਿੰਦਗੀ, ਤੁਹਾਨੂੰ ਸ਼ਾਇਦ ਯਾਦ ਹੋਏਗਾ। ਔਰ ਹਜੇ ਤੱਕ ਵੀ ਇਹ ਲਾਗੂ ਹੈ
ਉਹ ਮੇਰੇ ਸੁਪਨਿਆਂ ਚ ਵੀ ਆ, ਮੇਰੇ ਦਿਲ ਚ ਵੀ ਆ, ਮੇਰੀ ਧੜਕਣ ਹੈ, ਮੇਰਾ ਸਭ ਕੁਛ ਅਜੇ ਤੱਕ ਵੀ ਆ, ਹਾਲਾਂਕਿ ਉਹਨੂੰ ਮੈਂ ਦੇਖਿਆ ਹੀ ਨੀ, ਮਿਲਿਆ ਨੀ ਕਈ ਸਾਲਾਂ ਤੋਂ, ਤੇ ਉਹ ਮੈਨੂੰ ਪਤਾ ਨੀ ਕਿੱਥੇ ਆ, ਕੀ ਆ ਕੀ ਨੀ ਆ, ਪਰ ਉਹ ਹਮੇਸ਼ਾ ਨਜ਼ਰਾਂ ਚ ਰਹਿੰਦੀ ਹੈ। ਬਾਕੀ ਇੱਕ ਗੱਲ ਕਹਿੰਦਾ ਕਿ ਜ਼ਬਰਦਸਤੀ ਮੈਂ ਉਦੋਂ ਹੀ ਸੋਚ ਲਿਆ ਸੀ ਜਦੋਂ ਮੇਰਾ ਵਿਆਹ ਹੋਇਆ ਨਾ ਹੋਰ ਕਿਸੇ ਨਾਲ, ਮੈਂ ਇਹ ਗੱਲ ਪ੍ਰਣ ਕਰ ਲਿਆ ਸੀ ਕਿ ਮੈਂ ਆਪਣੇ ਬੱਚਿਆਂ ਨਾਲ ਇਹ ਦੁਸ਼ਮਣੀ ਨੀ, ਏਦਾਂ ਦਾ ਕੰਮ ਨਹੀਂ ਕਰੂੰਗਾ, ਉਹ ਮੈਂ ਨਹੀਂ ਕੀਤਾ। ਮੈਂ ਬੱਚੇ ਨੂੰ ਸਿੱਧਾ ਕਹਿਤਾ ਆਪਣੀ ਸਿਲੈਕਸ਼ਨ ਆਪ ਕਰੋ ਬੱਚੇ, ਜਿਹਦੇ ਨਾਲ ਤੁਸੀਂ ਪਿਆਰ ਕਰਦੇ ਹੋ ਉਹਦੇ ਨਾਲ ਹੀ ਵਿਆਹ ਮੈਂ ਕਰਾਂਗਾ ਤੁਹਾਡਾ, ਔਰ ਮੈਂ ਕੀਤਾ। ਔਰ ਇੰਨੀ ਲਾਈਫ, ਮੇਰੇ ਤਿੰਨ ਬੱਚੇ ਆ ਜੀ, ਦੋ ਕੁੜੀਆਂ ਇੱਕ ਮੁੰਡਾ, ਬੈਸਟ, ਇੱਕ ਵਾਰ ਵੀ ਉਹਨਾਂ ਦੇ ਕੋਲੋਂ ਮੈਨੂੰ ਇਹ ਨੀ ਆਇਆ ਕਿ ਅਸੀਂ ਆਪਣੇ ਘਰ ਚ ਦੁਖੀ ਆ, ਬਹੁਤ ਪਿਆਰ ਨਾਲ ਰਹਿੰਦੇ ਆ। ਮਾਂ ਬਾਪ ਨੂੰ ਇੱਕ ਜ਼ਿਆਦਾ ਹੋਰ ਕੀ ਚਾਹੀਦਾ, ਜ਼ਬਰਦਸਤੀ ਬੱਚਿਆਂ ਦੇ ਵਿਆਹ ਨਹੀਂ ਕਰਨੇ ਚਾਹੀਦੇ, ਮੈਨੂੰ ਉਦੋਂ ਤੋਂ ਚੰਗਾ ਨੀ ਲੱਗਦਾ ਜਿਹੜੇ ਏਦਾਂ ਦੇ ਲੋਕ ਕਰਦੇ ਆ, ਤੇ ਕਿਉਂਕਿ ਮੇਰੇ ਘਰਦਿਆਂ ਨੇ ਵੀ ਮੇਰੇ ਨਾਲ ਇਹ ਜ਼ੁਲਮ ਕਮਾਇਆ, ਤੇ ਇਹ ਇਹ ਉਹ ਅੱਜ ਤੱਕ ਨਸੂਰ ਬਣਿਆ ਹੈ ਮੇਰੇ ਦਿਲ ਦੇ ਅੰਦਰ ਕਿ ਮੈਨੂੰ। ਗੁਰਦੀਪ ਜੀ, ਆਈ ਨੋ ਕਿ ਜੋ ਕਹਿੰਦੇ ਨਾ ਜਿਸ ਤਨ ਲੱਗੇ ਉਹਨੂੰ ਹੀ ਪਤਾ ਹੈ, ਬਟ ਫਿਰ ਵੀ ਉਹ ਕੋਸ਼ਿਸ਼ ਇਹ ਟਰਾਈ ਕਰ ਸਕਦੇ ਹੋ, ਹੁਣ ਤੁਸੀਂ ਕਾਫੀ ਖੁਸ਼ ਹੋ ਕਿ ਉਹ ਜਿਹੜਾ ਪਿਆਰ ਹੈ ਉਹ ਯਾਦ ਕਰਕੇ, ਕਿ ਕਿਵੇਂ ਜਿਵੇਂ ਤੁਸੀਂ ਪਹਿਲੇ ਕਿਹਾ ਕਿ ਬਹੁਤ ਅੱਛਾ ਲੱਗਦਾ ਸੀ ਸਭ ਕੁਝ ਸਵਰਗ ਹੈ, ਉਹ ਫੀਲਿੰਗ ਨੂੰ ਯਾਦ ਕਰਕੇ ਜੇ ਅਸੀਂ ਹਰ ਕਿਸੇ ਵਾਸਤੇ ਉਨਾ ਕੁ ਪਿਆਰ ਭਰ ਸਕੀਏ ਆਪਣੇ ਤੇ ਅੰਦਰ, ਕੋਸ਼ਿਸ਼ ਕਰ ਸਕੀਏ, ਇਟਸ ਜਸਟ ਟਰਾਈਂਗ, ਸੋ ਆਈ ਐਮ ਪਿਆਰ ਕਰਦਾ ਆ ਦੁਨੀਆ ਨਾਲ, ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦਾ ਕਿਸੇ ਨਾਲ, ਮੈਂ ਤੇ ਹੁਣ ਬਜ਼ੁਰਗ ਆ, ਮੈਂ ਕਿਸੇ ਨੂੰ ਮਾੜੀ ਨੀਯਤ ਨਾਲ ਦੇਖਦਾ ਵੀ ਨਹੀਂ ਹੈ, ਪਰ ਉਹ ਜਿਹੜੀ ਉਹ ਜਿਹੜਾ ਸਮਾਂ ਮੈਨੂੰ ਚਾਹੀਦਾ ਸੀ, ਉਹ ਮੇਰੇ ਮੇਰੀ ਜ਼ਿੰਦਗੀ ਚੋਂ ਇੱਕ ਗੈਪ ਹੈ, ਉਹ ਮੇਰਾ ਪੂਰਾ ਨਹੀਂ ਹੋਏਗਾ ਕਦੇ। ਸੋਰੀ ਟੂ ਹੇਅਰ ਦੈਟ, ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਦਿਸ ਗੁਰਦੀਪ ਜੀ, ਰੀਅਲੀ ਬਹੁਤ ਬਹੁਤ ਅੱਛਾ ਲੱਗਦਾ ਹੈ ਕਿ ਐਟਲੀਸਟ ਸਾਰੇ ਸ਼ੇਅਰ ਕਰ ਰਹੇ ਹੈ, ਕਿਉਂਕਿ ਉਹੀ ਜਿਸ ਤਰ੍ਹਾਂ ਮੈਂ ਪਹਿਲੇ ਹਰਮਿੰਦਰ ਜੀ ਨੂੰ ਕਹਿ ਰਹੀ ਸੀ, ਕਿਸੇ ਨੇ ਇੱਕ ਵਾਰੀ ਕਿਹਾ ਕਿ ਮੈਂ ਨਾ ਇਸ ਤਰ੍ਹਾਂ ਹੀ ਜਿਵੇਂ ਕਿ ਡਰ ਗਿਆ, ਇੱਕ ਵਾਰੀ ਮੇਰਾ ਸਿਰੇ ਨਹੀਂ ਚੜਿਆ, ਸੋ ਮੈਨੂੰ ਪਿਆਰ ਤੋਂ ਡਰ ਲੱਗਦਾ, ਮੈਂ ਦੁਬਾਰਾ ਪਿਆਰ ਹੀ ਨਹੀਂ ਕਰਨਾ ਚਾਹੁੰਦਾ, ਬਟ ਇੰਝ ਲੱਗਦਾ ਹੈ ਕਿ ਈਵਨ ਮੈਂ ਮੇਰੇ ਫੇਵਰੇਟ ਪੋਇਟ ਰੂਮੀ ਨੇ ਹੀ ਕਿਹਾ ਹੈ ਕਿ ਲੂਜ਼ ਕਰਨ ਵਾਸਤੇ ਨਾ ਡਰੋ, ਡੋਂਟ ਡੂ ਦੈਟ, ਫਾਲ ਇਨ ਲਵ, ਕਿਉਂਕਿ ਉਹ ਜਿਹੜਾ ਐਕਸਪੀਰੀਅੰਸ ਕਰਨਾ ਹੈ ਨਾ, ਉਸ ਖੂਬਸੂਰਤੀ ਨੂੰ ਮਹਿਸੂਸ ਕਰਨਾ, ਭਾਵੇਂ ਉਹ ਕੁਛ ਘੜੀਆਂ ਵਾਸਤੇ ਵੀ ਹੋਏ, ਉਹ ਵੀ ਬਹੁਤ ਵਧੀਆ, ਪਰ ਇਹ ਨਹੀਂ ਕਿ ਪਿਆਰ 'ਚ ਹੀ ਨਾ ਪਈਏ ਤਾਂ ਕਿ ਕਿਤੇ ਲੂਜ਼ ਕਰ ਦਈਏ, ਭਲੇ ਹੀ ਲੂਜ਼ ਕਰ ਦਈਏ, ਪਰ ਉਹ ਜਿਹੜਾ ਐਕਸਪੀਰੀਅੰਸ ਤੁਸੀਂ ਕਰਨਾ, ਉਹ ਹਮੇਸ਼ਾ ਵਾਸਤੇ ਤੁਹਾਡਾ ਇੱਕ ਖੂਬਸੂਰਤੀ ਤੁਹਾਡੇ ਕੋਲ ਹੈ, ਉਹ ਫੀਲਿੰਗ ਨੂੰ ਤੁਸੀਂ ਰੀਲਿਵ ਕਰ ਸਕਦੇ ਹੋ, ਮਹਿਸੂਸ ਕਰ ਸਕਦੇ ਹੋ। ਮੰਨਦੇ ਹਾਂ ਕਿ ਜਿੱਥੇ ਜ਼ਿਆਦਾ ਪਿਆਰ ਹੈ ਉੱਥੇ ਦਰਦ ਵੀ ਹੈ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ, ਤੁਸੀਂ ਕਾਲ ਜ਼ਰੂਰ ਕਰੋ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਪਿਆਰ ਦੀ, ਉਹ ਪਿਆਰ ਜਿਹੜਾ ਐਸਾ ਜਜ਼ਬਾ ਹੋਏ ਜਿਹੜਾ ਸਾਡਾ ਅੰਦਰ ਰੋਮ ਰੋਮ ਭਰਦੇ, ਖੁਸ਼ ਕਰਦੇ, ਈਵਨ ਉਹਦੀ ਯਾਦ ਸਾਡੇ ਯੂ ਨੋ ਚਿਹਰੇ 'ਤੇ ਸਮਾਈਲ ਲਿਆਵੇ। ਅਫਕੋਰਸ ਮੰਨਦੇ ਹਾਂ ਜਿੱਥੇ ਡੂੰਘਾ ਪਿਆਰ ਹੈ ਉੱਥੇ ਦਰਦ ਵੀ ਹੈ, ਉੱਥੇ ਲੂਜ਼ਿੰਗ ਦਾ ਫੀਅਰ ਵੀ ਹੈ, ਪਰ ਸਟਿਲ ਅਸੀਂ ਉੱਥੇ ਪਹੁੰਚ ਰਹੇ ਹਾਂ ਕਿਉਂਕਿ ਅਸੀਂ ਗੱਲਬਾਤ 'ਤੇ 10 ਸਾਲ ਤੋਂ ਗੱਲਾਂ ਕਰ ਰਹੇ ਹਾਂ, ਔਰ ਪਿਆਰ ਨੂੰ ਇੱਕ ਵੱਡੀ ਇਮੋਸ਼ਨ, ਜਸਟ ਇੱਕ ਰਾਈਟ ਇਸ ਤਰ੍ਹਾਂ ਤਰੀਕਾ ਠੀਕ ਹੈ, ਉਸ ਤਰ੍ਹਾਂ ਤਰੀਕਾ, ਉਹਨਾਂ ਗੱਲਾਂ 'ਚੋਂ ਬਾਹਰ ਨਿਕਲ ਕੇ ਇੱਕ ਉਸ ਸਪੇਸ ਦੇ ਵਿੱਚ ਜਦੋਂ ਪਿਆਰ ਦੀ ਗੱਲ ਕਰ ਰਹੇ ਹਾਂ ਕਿ ਸਭ ਵਧੀਆ, ਬਸ ਹਰ ਇੱਕ ਵਾਸਤੇ ਪਿਆਰ, ਸੋ ਉਹਦੀਆਂ ਗੱਲਾਂ ਕਰ ਰਹੇ ਹਾਂ, ਪਰ ਉਹ ਸਾਰੀਆਂ ਗੱਲਾਂ ਕਈ ਵਾਰੀ ਸਾਡਾ ਮਨ ਉਦਾਸ ਜਾਂ ਕਿਸੇ ਨਾਲ ਖਿੱਚ, ਕਿਸੇ ਨਾਲ ਗੁੱਸਾ, ਕਿਸੇ ਨਾਲ ਗਿਲਾ, ਬਟ ਆਈ ਥਿੰਕ ਇਟਸ ਬੈਸਟ ਵੇ ਕਿ ਅਸੀਂ ਆਪਣੇ ਹੀ ਯੂ ਨੋ ਉਹ ਵਾਲੇ ਐਕਸਪੀਰੀਅੰਸਿਸ ਜਦੋਂ ਅਸੀਂ ਬਹੁਤ ਪਿਆਰ ਨੂੰ ਮਹਿਸੂਸ ਕੀਤਾ ਹੋਏ ਉਹਨੂੰ ਯਾਦ ਕਰਕੇ ਅਸੀਂ ਆਪਣੇ ਆਪ ਨੂੰ ਅਪਲਿਫਟ ਕਰ ਸਕਦੇ ਹਾਂ। ਸੋ ਯੂ ਨੋ ਐਟਲੀਸਟ ਮੈਨੂੰ ਤਾਂ ਬਹੁਤ ਸਕਸੈਸਫੁਲ ਲੱਗਦਾ ਹੈ। ਅਫਕੋਰਸ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਇੰਗੇਜ ਸੀਗੇ, ਯੂ ਨੋ ਬਹੁਤ ਹੀ ਮਿੱਠਾ ਟਾਈਮ ਸੀ,
ਬਹੁਤ ਹੀ ਈਵਨ ਬਾਅਦ ਵਿੱਚ ਵੀ ਮੈਂ ਨਹੀਂ ਕਹਿੰਦੀ ਕਿ ਘੱਟ ਖਤਮ ਹੋ ਗਿਆ ਐਂਡ ਪੀਪਲ ਹੂ ਨੋ ਅਸ ਹੁੰਦਾ ਕਿ ਹਾਂ ਉਹ ਚੱਲਦਾ ਰਹਿੰਦਾ ਬਟ ਸਟਿਲ ਉਹ ਟਾਈਮ ਜਿਹੜਾ ਇੱਕ ਉਡੀਕ ਦਾ ਮਿਲਣ ਦੀ ਯੂ ਨੋ ਬਾਹਰ ਬਾਰਿਸ਼ ਹੋ ਰਹੀ ਔਰ ਤੁਸੀਂ ਸੋਚ ਰਹੇ ਹੋ ਸੋਚੋ ਕਿ ਹਾਏ ਨਹੀਂ ਬਾਰਿਸ਼ ਹੋ ਰਹੀ ਅੱਜ ਤਾਂ ਹੋ ਨਹੀਂ ਸਕਦਾ ਨਾ ਕਿ ਮਿਲਣਗੇ ਅਤੇ ਉਹ ਸਡਨਲੀ ਤੁਸੀਂ ਉੱਧਰ ਵੀ ਉੱਨੀ ਯੂ ਨੋ ਇੱਕ ਤਰ੍ਹਾਂ ਨਾਲ ਅੱਗ ਲੱਗੀ ਹੁੰਦੀ ਔਰ ਉਹ ਰੇਨਕੋਟ ਸ਼ੇਨਕੋਟ ਪਾ ਕੇ ਅੰਬਰੇਲਾ ਲੈ ਕੇ ਉਹ ਇੱਕ ਇਸ ਤਰ੍ਹਾਂ ਕੁਛ ਤਰੀਕਾ ਬਣਾ ਲੈਂਦੇ ਹਾਂ ਕਿ ਮਿਲ ਜਾਂਦੇ ਹੋ ਤੁਸੀਂ ਸੋ ਉਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੁਣ ਵੀ ਉਹ ਮੈਮਰੀਜ਼ ਜਿਹੜੀਆਂ ਤੁਹਾਨੂੰ ਇੱਕਦਮ ਕਿਸੇ ਵੀ ਯੂ ਨੋ ਲੋ ਵਾਲੇ ਪੀਰੀਅਡ ਮੂਡ ਕਿਸੇ ਤੋਂ ਵੀ ਅਪਲਿਫਟ ਕਰ ਸਕਦੀਆਂ ਸੋ ਉਹ ਘੜੀਆਂ ਦੀ ਗੱਲ ਹੋ ਰਹੀ ਹੈ ਜ਼ਰੂਰ ਤੁਸੀਂ ਆਪਣੀ ਗੱਲਾਂ ਸ਼ੇਅਰ ਕਰੋ ਐਂਡ ਮੈਨੂੰ ਲੱਗਦਾ ਕਿ ਇੱਕ ਜਿਸ ਤਰ੍ਹਾਂ ਅਸੀਂ ਇਹ ਫਰਵਰੀ ਨੂੰ ਪਿਆਰ ਦਾ ਮਹੀਨਾ ਸੈਲੀਬ੍ਰੇਟ ਕਰਦੇ ਹਾਂ ਯੰਗਸਟਰਸ ਯੂ ਨੋ ਬੜੇ ਸਾਰੇ ਹੁਣੇ ਤੁਸੀਂ ਦੇਖੋਗੇ ਯੂ ਐੱਸ ਵਿੱਚ ਤਾਂ ਫਲੱਡਡ ਹੋਣਗੇ ਸਾਰੇ ਸ਼ੋਪਸ ਐਂਡ ਮੋਲਸ ਐਂਡ ਯੂ ਨੋ ਗੈਸ ਸਟੇਸ਼ਨਸ ਕਿ ਹਾਂਜੀ ਰੋਜ਼ਿਸ ਐਂਡ ਹਾਰਟਸ਼ਿਪ ਜਾਂ ਚੋਕਲੇਟਸ ਐਂਡ ਕਿਸਿਸ ਐਂਡ ਯੂ ਨੋ ਆਲ ਦੋਸ ਥਿੰਗਸ ਜਿਹੜੀਆਂ ਬੜੀਆਂ ਸਿੰਬੋਲਿਕ ਹੈਗੀਆਂ ਪਿਆਰ ਦੀਆਂ ਸੋ ਪਰ ਸਮਹਾਓ ਥੋੜ੍ਹੇ ਜਿਹੇ ਜਿਹੜੇ ਵੱਡੇ ਜੋੜੇ ਨੇ ਉਹ ਬਾਕੀ ਸਾਰਾ ਸ਼ੋਰ ਸੁਣਦੇ ਸੁਣਦੇ ਇੰਝ ਲੱਗਦਾ ਹੈ ਕਿ ਓਏ ਇਹ ਸਾਰਾ ਬੜਾ ਡਰਾਮਾ ਹੈ ਇਹ ਸਾਰਾ ਕਿੰਨਾ ਇਹਦੇ ਵਿੱਚ ਹੈਗਾ ਹੈ ਨਾ ਬਟ ਆਈ ਥਿੰਕ ਇਟਸ ਨੋਟ ਅ ਬੈਡ ਆਈਡੀਆ ਕਿ ਬੇਸ਼ੱਕ ਯੂ ਡੋਂਟ ਹੈਵ ਟੂ ਗੋ ਦ ਟ੍ਰਡੀਸ਼ਨਲ ਵੇ ਕਿ ਤੁਸੀਂ ਟਿਪੀਕਲ ਹਾਰਟਸ਼ੇਪ ਦੀਆਂ ਚੀਜ਼ਾਂ ਹੀ ਦੇਣੀਆਂ ਇੱਕ ਦੂਜੇ ਨੂੰ ਬਟ ਸਮਹਾਓ ਬੈਠ ਕੇ ਉਹ ਟਾਈਮ ਕਦੀ ਤਾਂ ਟਾਈਮ ਜ਼ਰੂਰ ਬੀਤਾ ਹੈ ਬੀਤਿਆ ਜਦੋਂ ਕਿ ਬਹੁਤ ਤੁਸੀਂ ਇੱਕ ਦੂਜੇ ਵਾਸਤੇ ਪਿਆਰ ਮਹਿਸੂਸ ਕੀਤਾ ਹੈ ਜਦੋਂ ਤੁਸੀਂ ਬੈਠੇ ਬੈਠੇ ਤੁਹਾਨੂੰ ਯੂ ਨੋ ਉਸ ਬੰਦੇ ਦੀ ਯਾਦ ਆਉਂਦੀ ਹੈ ਔਰ ਉਸਨੂੰ ਵੀ ਤੁਹਾਡੀ ਯਾਦ ਆਉਂਦੀ ਔਰ ਤੁਸੀਂ ਸਮ ਹਾਓ ਕਨੈਕਟ ਕਰਦੇ ਹੋ ਜਿਵੇਂ ਹਰਮਿੰਦਰ ਜੀ ਨੇ ਕਿਹਾ ਕਿ ਸਾਰੇ ਟਾਈਮ 'ਤੇ ਜਾਂ ਉਹਨਾਂ ਦੇ ਟਾਈਮ 'ਤੇ ਫੋਨਸ ਨਹੀਂ ਹੁੰਦੇ ਸੀ ਸਾਰੇ ਟਾਈਮ 'ਤੇ ਇੰਨੇ ਸੈੱਲ ਫੋਨਸ ਨਹੀਂ ਹੁੰਦੇ ਸੀ ਅਤੇ ਤੁਹਾਨੂੰ ਸਮ ਹਾਓ ਕਨੈਕਟ ਕਰਨ ਦਾ ਡਿਫਿਕਲਟੀ ਆਉਂਦੀ ਸੀ ਪਰ ਫਿਰ ਵੀ ਹੋ ਜਾਂਦਾ ਸੀ ਸੋ ਉਹ ਕੜੀਆਂ ਬੈਸਟ ਹੁੰਦੀਆਂ ਸੀ ਸੋ ਹੁਣ ਵੀ ਉਹ ਜਸਟ ਅ ਮੈਮਰੀ ਆਫ ਦੈਮ ਜਸਟ ਸਿੱਟ ਡਾਊਨ ਟੂਗੈਦਰ ਯੂ ਨੋ ਮੇ ਬੀ ਫੋਰ ਅ ਕੱਪ ਆਫ ਟੀ ਕੌਫੀ ਆਊਟਸਾਈਡ ਇਨ ਦਾ ਹਾਊਸ ਇਨ ਦਾ ਬੈਡਰੂਮ ਐਨੀਵੇਅਰ ਬਟ ਜਸਟ ਰਿਮੈਂਬਰ ਦੋਜ ਟਾਈਮਸ ਐਂਡ ਜਸਟ ਰੀਇਗਨਾਈਟ ਦਾ ਲਵ ਯੂ ਹੈਡ ਕਿਉਂਕਿ ਜ਼ਿੰਦਗੀ ਤੋੜਦੀ ਜਾਂਦੀ ਹੈ ਬਿਲਸ ਦੇ ਚੱਕਰਾਂ 'ਚ ਬੱਚਿਆਂ ਦੇ ਚੱਕਰਾਂ 'ਚ ਜ਼ਿੰਮੇਵਾਰੀਆਂ ਦੇ ਚੱਕਰਾਂ 'ਚ ਔਰ ਕਿਤੇ ਨਾ ਕਿਤੇ ਇੱਕ ਡਰਾਈਨੈਸ ਆ ਜਾਂਦੀ ਹੈ ਕਿਤੇ ਨਾ ਕਿਤੇ ਐਸਾ ਹੋ ਲੱਗਦਾ ਹੈ ਜਿਵੇਂ ਕਿ ਯੂ ਨੋ ਲਵ ਇਜ਼ ਨੋਟ ਫੋਰ ਅਸ ਇਹ ਤਾਂ ਜ਼ਿੰਮੇਵਾਰੀ ਹੈ ਜੋ ਨੀਡ ਹੈ ਅਸੀਂ ਪੂਰੀ ਕਰੀ ਜਾ ਰਹੇ ਹਾਂ ਕਿਤੇ ਨਾ ਕਿਤੇ ਜਾਂ ਜੇ ਪਿਆਰ ਹੈ ਵੀ ਹੈ ਤਾਂ ਉਹ ਵਾਲਾ ਪਿਆਰ ਹੋਰ ਸੀ ਕਿਤੇ ਨਾ ਕਿਤੇ ਕਈ ਵਾਰੀ ਇਹ ਲੱਗਦਾ ਹੈ ਬਟ ਮੈਂ ਤੁਹਾਡੇ ਸਾਰਿਆਂ ਨਾਲ ਮਿਲ ਕੇ ਆਪਣੇ ਆਪ ਨੂੰ ਵੀ ਯਾਦ ਕਰਾ ਰਹੀ ਹਾਂ ਕਿ ਨਹੀਂ ਜਸਟ ਸਿੱਟ ਡਾਊਨ ਐਂਡ ਰਿਮੈਂਬਰ ਦੋਜ਼ ਬਿਊਟੀਫੁਲ ਟਾਈਮਸ ਜਦੋਂ ਕਦੀ ਤਾਂ ਕੋਈ ਘੜੀ ਭਾਵੇਂ ਉਸ ਬੰਦੇ ਨਾਲ ਭਾਵੇਂ ਵੈਸੇ ਪਿਆਰ ਨਾਲ ਖਿਲੀ ਹੋਏ ਯੂ ਨੋ ਸੋ ਦੈਟਸ ਦ ਟਾਈਮ ਵੈਨ ਯੂ ਕੈਨ ਰੀਇਗਨਾਈਟ ਯੋਰ ਲਵ ਸੋ ਇਹੀ ਅਸੀਂ ਕਹਿ ਰਹੇ ਹਾਂ ਕਿ ਫਰਵਰੀ ਦਾ ਮਹੀਨਾ ਔਨ ਹੈ ਕਾਲਸ ਕਰਿਆ ਕਰੋ ਤਾਂ ਕਿ ਅਸੀਂ ਇੱਕ ਦੂਜੇ ਦੀ ਗੱਲਾਂ ਕਰਾਂ ਆਈ ਐਮ ਸੋ ਸੋ ਗ੍ਰੇਟਫੁਲ ਗੁਰਦੀਪ ਜੀ ਤੁਸੀਂ ਆਪਣੀ ਜਿਹੜਾ ਸ਼ੇਅਰ ਕੀਤਾ ਬਿਮਲਾ ਜੀ ਨੇ ਸ਼ੇਅਰ ਕੀਤਾ ਕਮਲ ਜੀ ਨੇ ਸ਼ੇਅਰ ਕੀਤਾ ਐਂਡ ਹਰਮਿੰਦਰ ਜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਔਰ ਸਿਮਰ ਥੈਂਕ ਯੂ ਸੋ ਮੱਚ ਫੋਰ ਸ਼ੇਅਰਿੰਗ ਤੁਹਾਡੀ ਜਿਹੜਾ ਕਿ ਪਿਆਰ ਯਾਦ ਆਇਆ ਔਰ ਪਿਆਰ ਤੋਂ ਜਿਹੜਾ ਦਰਦ ਯਾਦ ਆਇਆ ਵੀ ਆਲ ਫੀਲ ਫੋਰ ਯੂ ਔਰ ਮੈਨੂੰ ਇੰਟਰਸਟਿੰਗ ਗੱਲ ਇਹ ਹੈ ਕਿ ਇੱਕ ਬੰਦੇ ਦੇ ਜੋ ਫੀਲ ਕੀਤਾ ਹੁੰਦਾ ਅਸੀਂ ਸਾਰਿਆਂ ਨੇ ਕਿਤੇ ਨਾ ਕਿਤੇ ਕੀਤਾ ਹੁੰਦਾ ਕਿਸੇ ਨਾ ਕਿਸੇ ਘੜੀ 'ਚ ਕੀਤਾ ਹੁੰਦਾ ਬਟ ਸਮ ਹਾਓ ਉਹ ਐਕਸਪ੍ਰੈਸ ਨਹੀਂ ਕੀਤਾ ਹੁੰਦਾ ਅਸੀਂ ਬਟ ਜਦੋਂ ਇੱਕ ਬੰਦਾ ਐਕਸਪ੍ਰੈਸ ਕਰਦਾ ਤਾਂ ਸਾਡੇ ਵੀ ਉਹ ਵਾਲੀਆਂ ਜਿਹੜੀਆਂ ਇਮੋਸ਼ਨਸ ਹੈ ਉਹ ਜਾਗ ਜਾਂਦੀਆਂ ਐਂਡ ਥੈਂਕ ਯੂ ਸੋ ਮੱਚ ਕਿ ਮੇਰਾ ਇਸ ਵੇਲੇ ਤੁਹਾਡੀ ਸਾਰੀਆਂ ਦੀਆਂ ਸਟੋਰੀਜ਼ ਸੁਣ ਕੇ ਆਈ ਐਮ ਫੀਲਿੰਗ ਮੱਚ ਲਵਡ ਐਂਡ ਗੁੱਡ ਭਾਵੇਂ ਦਰਦ ਦੀ ਫੀਲਿੰਗਸ ਵੀ ਸੀ ਉਹ ਵੀ ਐਕਚੁਅਲੀ ਕਿਉਂਕਿ ਉਹਨਾਂ ਨੇ ਅਹਿਸਾਸ ਕਰਾਇਆ ਉਸ ਪਿਆਰ ਦਾ ਜਿਹਦਾ ਕੋਈ ਯੂ ਨੋ ਰਿਪਲੇਸਮੈਂਟ ਨਹੀਂ ਹੈ ਜਿਹਨੂੰ ਕਿਤੇ ਵੀ ਕਿਸੇ ਹੋਰ ਚੀਜ਼ ਦੇ ਨਾਲ ਬਦਲਿਆ ਨਹੀਂ ਜਾ ਸਕਦਾ ਸੋ ਉਸ ਪਿਆਰ ਦਾ ਦੀ ਯਾਦ ਕਰਾਈ ਤੁਸੀਂ ਸੋ ਥੈਂਕ ਯੂ ਸੋ ਮੱਚ ਅੱਜ ਵਾਸਤੇ ਇੰਨਾ ਹੀ ਬਟ ਡੂ ਨੋਟ ਗੋ ਐਨੀਵੇਅਰ ਕਿਉਂਕਿ ਸਾਰੇ ਜਿਹੜੇ ਫਰਵਰੀ ਦੇ ਮਹੀਨੇ 'ਚ ਅਸੀਂ ਸੈਲੀਬ੍ਰੇਟ ਕਰਨਾ ਚਾਹੁੰਦੇ ਹਾਂ ਨੋਟ ਓਨਲੀ ਇੱਕ ਯੰਗ ਲਵ ਉਹ ਵੀ ਦੇਰ ਇਜ਼ ਨੋ ਹਾਰਮ ਇਨ ਦੈਟ ਬਟ ਸੋ ਮੱਚ ਮੋਰ
going around this, because love is the answer for everything. So, ajwaste nai, satriyakal.